ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਆਸ਼ਮਿਤਾ ਅਤੇ ਅੱਜ ਆਪਾਂ ਲੈ ਕੇ ਆਏ ਤੁਹਾਡਾ ਆਪਣਾ ਪ੍ਰੋਗਰਾਮ ਅੱਜ ਦਾ ਮੁੱਦਾ। ਸਾਡੇ ਕੋਲ ਇੱਕ NRI ਆਡੀਅੰਸ ਹੋਣ ਦੇ ਤੌਰ 'ਤੇ ਇੱਕ ਬੜੀ ਯੂਨੀਕ ਰਿਸਪੋਂਸਿਬਿਲਿਟੀ ਹੁੰਦੀ ਹੈ ਕਿ ਸਾਡੀ ਜੋ ਨਿਊਜ਼, ਜੋ ਖਬਰਾਂ ਆਪਾਂ ਹਰ ਰੋਜ਼ ਸੁਣੀਦੀਆਂ ਪੜ੍ਹੀਦੀਆਂ, ਉਹ ਨਾ ਕਿ ਸਿਰਫ ਇੰਡੀਆ ਅਤੇ ਇੰਡੀਆ ਦੇ ਪਬਲੀਕੇਸ਼ਨਸ ਐਂਡ ਨਿਊਜ਼ ਪੇਪਰਸ ਐਂਡ ਮੀਡੀਆ ਆਊਟਲੈਟਸ 'ਤੇ ਆਪਾਂ ਕੰਜ਼ੂਮ ਕਰੀ ਦੀ ਹੈ, ਬਟ ਜੋ ਯੂਨਾਈਟਿਡ ਸਟੇਟਸ ਅਤੇ ਕੈਨੇਡਾ ਅਤੇ UK ਵਿੱਚ ਹੈਗੀ ਪਬਲੀਕੇਸ਼ਨਸ, ਉਹਨਾਂ ਤੋਂ ਵੀ ਸਾਡੀ ਖਬਰ ਸਾਨੂੰ ਸੁਣਨ ਅਤੇ ਪੜ੍ਹਨ ਨੂੰ ਮਿਲਦੀ ਹੈ। ਅੱਜ ਇੱਕ ਇਹੋ ਜਿਹੀ ਖਬਰ ਦੇ ਬਾਰੇ ਆਪਾਂ ਗੱਲ ਕਰਾਂਗੇ ਜੋ ਨਾ ਕਿ ਸਿਰਫ ਇੰਡੀਆ ਅਤੇ ਪੰਜਾਬ ਦੀ ਸਾਰੀ ਮੰਨੀ ਪ੍ਰਬੰਨੀ ਪਬਲੀਕੇਸ਼ਨਸ ਦੇ ਵਿੱਚ ਹੈੱਡਲਾਈਨ ਬਣ ਕੇ ਆਈ ਹੈ, ਬਟ ਯੂਨਾਈਟਿਡ ਸਟੇਟਸ ਅਤੇ UK ਦੀ ਪਬਲੀਕੇਸ਼ਨਸ ਵਿੱਚ ਵੀ ਹੈੱਡਲਾਈਨ ਬਣ ਕੇ ਅੱਜ ਉਹ ਮੌਜੂਦ ਹੈਗੀ। ਇਹ ਖਬਰ ਹੈ ਦਿੱਲੀ ਰਾਇਟਸ ਦੀ। ਜੀ ਹਾਂ, ਦਿੱਲੀ ਵਿੱਚ ਰਾਇਟਸ ਪਿਛਲੇ 3 ਦਿਨਾਂ ਤੋਂ ਜ਼ੋਰ ਸ਼ੋਰ ਨਾਲ ਲੱਗੇ ਹੋਏ ਹੈ ਅਤੇ ਉੱਥੇ ਅੱਜ ਇਸ ਚੀਜ਼ ਵਿੱਚ ਡੀਪ ਡਾਈਵ ਆਪਾਂ ਡਿਸਕਸ਼ਨ ਕਰਾਂਗੇ ਕਿ ਇਹਨਾਂ ਦਾ ਕਾਰਨ ਕੀ ਹੈਗਾ, ਇਹਨਾਂ ਦੇ ਪਿੱਛੇ ਕੌਣ ਰਿਸਪੋਂਸੀਬਲ ਪਾਰਟੀਜ਼ ਹੈ ਜਿਨ੍ਹਾਂ ਨੂੰ ਇਸ ਚੀਜ਼ ਲਈ ਅਕਾਊਂਟੇਬਲ ਹੋਣਾ ਚਾਹੀਦਾ ਹੈ, ਅਤੇ ਇਨ ਰਾਇਟਸ ਦੇ ਇਸ ਵੇਲੇ ਸਭ ਤੋਂ ਬ੍ਰੇਕਿੰਗ ਅਪਡੇਟਸ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗੀ ਕਿ ਇਸ ਵੇਲੇ ਰਾਇਟਸ ਨੇ 13 ਲੋਕਾਂ ਦੀ ਜ਼ਿੰਦਗੀ ਨੂੰ ਕਲੇਮ ਕਰ ਲਿਆ ਅਤੇ 150 ਤੋਂ ਵੱਧ ਲੋਕ ਇੰਜਰਡ ਹੈਗੇ। 4 ਡਿਸਟ੍ਰਿਕਟਸ ਵਿੱਚ ਕਰਫਿਊ ਸੈੱਟ ਕਰਤਾ ਹੈ ਪੁਲਿਸ ਨੇ ਅਤੇ ਸ਼ੂਟ ਔਨ ਸਾਈਟ 'ਤੇ ਵੀ ਆਰਡਰਸ ਦਿੱਤੇ ਗਏ ਹਨ ਜਿੱਥੇ ਵੀ ਉਹਨਾਂ ਨੂੰ ਦੰਗੇਬਾਜ਼ੀ ਦੀ ਕੋਈ ਵੀ ਖਬਰ ਦਿਸਦੀ ਹੈ। ਬਟ ਇਹ ਰਾਇਟਸ ਇਸ ਵੇਲੇ ਇੰਨੇ ਹੱਦ ਤੱਕ ਪਹੁੰਚੇ ਕਿਉਂ? ਕੀ ਇਹ ਧਰਮ ਹਿੰਦੂ ਮੁਸਲਿਮ 'ਤੇ ਲੈ ਕੇ ਇਸ਼ੂ ਬਣਿਆ? ਕੀ ਇਹ ਸਿਟੀਜ਼ਨ ਅਮੈਂਡਮੈਂਟ ਐਕਟ 'ਤੇ ਲੈ ਕੇ ਰਾਇਟਸ ਖੜ੍ਹੇ ਹੋਏ? ਜਦੋਂ ਆਪਾਂ ਸਿਟੀਜ਼ਨ ਅਮੈਂਡਮੈਂਟ ਐਕਟ ਦੀ ਗੱਲ ਕਰਦੇ ਹਾਂ, ਇਹ ਕੋਈ ਨਈ ਚੀਜ਼ ਨਹੀਂ ਹੈਗੀ। ਇਸ ਐਕਟ ਦੇ ਅਰਾਊਂਡ ਇੰਡੀਆ ਵਿੱਚ ਪ੍ਰੋਟੈਸਟ ਪਿਛਲੇ ਕਈ ਮਹੀਨਾ ਤੋਂ ਜਾਰੀ ਹੈਗੇ ਅਤੇ ਜੋ ਸਟੂਡੈਂਟਸ ਪ੍ਰੋਟੈਸਟ ਵੀ ਕਰ ਰਹੇ ਹਨ, ਉਹ ਪੀਸਫੁਲ ਪ੍ਰੋਟੈਸਟ ਵੀ ਕਰ ਰਹੇ ਹਨ, ਬਟ ਇਸ ਵੇਲੇ ਇਹ ਪ੍ਰੋਟੈਸਟਸ ਇੰਨੇ ਵਾਇਲੈਂਟ ਕਿਉਂ ਹੋਏ ਹਨ? ਇਸ ਖਬਰ ਵਿੱਚ ਇਹ ਵੀ ਗੱਲ ਕਹਿਣੀ ਬਣਦੀ ਹੈ ਕਿ BJP ਦੇ ਲੀਡਰ ਕਪਿਲ ਮਿਸ਼ਰਾ ਨੇ ਜੋ ਸਟੇਟਮੈਂਟ ਇਸ ਵੀਕਐਂਡ ਕੀਤੀ, ਉਹਦੇ ਵਿੱਚ ਵੀ ਰਾਇਟਸ ਦਾ ਕਾਫੀ ਰਿਸਪੋਂਸੀਬਿਲਿਟੀ ਹੈਗੀ, ਅਤੇ ਜੋ BJP ਦੇ ਗੌਤਮ ਗੰਭੀਰੀ ਹੈਗੇ, ਉਹਨਾਂ ਨੇ ਖੁਦ ਇੱਕ ਬਾਈਟ ਦਿੱਤੀ ਹੈ ਕਿ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਲੀਡਰਸ ਹੋਣ, ਭਾਵੇਂ BJP ਜਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ, ਅਗਰ ਇਸ ਤਰ੍ਹਾਂ ਦੇ ਕਮੈਂਟਸ ਦੇ ਨਾਲ ਵਾਇਲੈਂਸ, ਹਿੰਸਾ ਹੋਰ ਵੱਧਦਾ ਹੈ, ਲੋਕਾਂ ਆਮ ਲੋਕਾਂ ਨੂੰ ਉਹਨਾਂ ਦੀ ਡੇ ਟੂ ਡੇ ਲਾਈਫ ਵਿੱਚ ਖਤਰਾ ਪਹੁੰਚਦਾ ਹੈ, ਤਾਂ ਉਹਨਾਂ ਨੂੰ ਅਕਾਊਂਟੇਬਲ ਰੱਖਿਆ ਜਾਣਾ ਚਾਹੀਦਾ ਹੈ। ਇਨ ਸਾਰੀ ਚੀਜ਼ਾਂ 'ਤੇ ਆਪਾਂ ਗੱਲਾਂ ਕਰਾਂਗੇ। ਤੁਸੀਂ ਵੀ ਸਾਡੇ ਨਾਲ ਸਾਂਝੇ ਹੋ ਸਕਦੇ ਹੋ, ਆਪਣੀ ਲਾਈਵ ਕਾਲਰਸ ਕਰਕੇ ਸਾਡੇ ਨਾਲ ਆਪਣੇ ਵਿਚਾਰ ਰੱਖ ਸਕਦੇ ਹੋ, ਅਤੇ ਸਾਡੀ ਅੱਜ ਇਸ ਮੰਚ 'ਤੇ ਰਿਸਪੋਂਸੀਬਿਲਿਟੀ ਬਣਦੀ ਹੈ ਐਜ਼ NRIs ਕਿ ਸਾਨੂੰ ਨਾ ਕਿ ਸਿਰਫ ਇੰਡੀਆ ਅਤੇ ਪੰਜਾਬ ਦੀ ਖਬਰਾਂ ਨੂੰ ਪੜ੍ਹ ਕੇ ਸੁਣ ਕੇ ਉਹਨਾਂ 'ਤੇ ਰਿਐਕਟ ਕਰਨਾ ਚਾਹੀਦਾ, ਬਟ ਸਾਨੂੰ ਇਹ ਪੁੱਛਣਾ ਚਾਹੀਦਾ ਕਿ ਉਨ ਖਬਰਾਂ ਬਾਰੇ, ਉਨ ਖਬਰਾਂ ਪਿੱਛੇ ਕੀ ਰੀਜ਼ਨਸ ਹੈਗੇ। ਸਾਡੇ ਕੋਲ ਇਹ ਲਗਜ਼ਰੀ ਹੈ ਇਸ ਕੰਟਰੀ ਵਿੱਚ ਬਹਿ ਕੇ ਉਨ ਖਬਰਾਂ ਨੂੰ ਇੱਕ ਆਊਟਸਾਈਡਰਸ ਪਰਸਪੈਕਟਿਵ ਦੇ ਤੌਰ 'ਤੇ ਦੇਖਣ ਦੀ, ਅਤੇ ਸਾਡੀ ਇਹ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਜਦੋਂ ਇੰਡੀਆ ਦੀ ਕੋਈ ਖਬਰ, ਸਾਡੇ ਦੇਸ਼ ਦੀ ਕੋਈ ਖਬਰ ਨਿਊਯਾਰਕ ਟਾਈਮਸ ਵਿੱਚ ਮੌਜੂਦ ਹੁੰਦੀ ਹੈ, BBC ਵਿੱਚ ਮੌਜੂਦ ਹੁੰਦੀ ਹੈ, ਇਸ ਲੈਵਲ 'ਤੇ ਜਿਸ ਤਰ੍ਹਾਂ ਸਾਨੂੰ ਅੱਜ ਵੇਖਣ ਨੂੰ ਮਿਲ ਰਹੀ ਹੈ ਇਨ ਰਾਈਟਸ ਬਾਰੇ, ਕਿ ਸਾਨੂੰ ਪੁੱਛਣਾ ਚਾਹੀਦਾ ਕਿ ਉਹ ਖਬਰ ਇਸ ਲੈਵਲ ਤੱਕ ਪਹੁੰਚੀ ਕਿਉਂ? ਜਦੋਂ ਆਪਾਂ ਇਨ ਰਾਈਟਸ ਦੀ ਗੱਲ ਕਰਦੇ ਹਾਂ, ਇਹ ਟਾਈਮਿੰਗ ਬੜੀ ਸਸਪੀਸ਼ੀਅਸ, ਬੜੀ ਸਾਨੂੰ ਸੋਚ ਕਰਨੀ ਚਾਹੀਦੀ ਇਸ ਟਾਈਮਿੰਗ ਬਾਰੇ ਕਿ ਟਰੰਪ, ਪ੍ਰੈਜ਼ੀਡੈਂਟ ਟਰੰਪ ਦੀ ਜੋ ਡੈਲੀਗੇਸ਼ਨ, ਜੋ ਉਹਨਾਂ ਦੀ ਵਿਜ਼ਿਟ ਇਸ ਵੇਲੇ ਇੰਡੀਆ ਚੱਲ ਰਹੀ, ਜਿੱਦਾਂ ਆਪਾਂ ਕੱਲ੍ਹ ਤੁਹਾਨੂੰ ਦੱਸਿਆ ਸੀ, ਉਸ ਵਿਜ਼ਿਟ ਨੂੰ ਲੈ ਕੇ ਕੀ ਕਨੈਕਸ਼ਨ ਹੈਗਾ ਇਨ ਰਾਈਟਸ ਦੇ ਨਾਲ? ਜਿੱਦਾਂ ਆਪਾਂ ਤੁਹਾਨੂੰ ਦੱਸਿਆ ਕਿ ਕਪਿਲ ਮਿਸ਼ਰਾ ਨੇ ਇਹ ਸਟੇਟਮੈਂਟ ਸੰਡੇ ਨੂੰ ਕੀਤੀ ਕਿ ਜੋ ਪ੍ਰੋਟੈਸਟਰਸ ਸਿਟ ਇਨ ਕਰ ਰਹੇ ਸੀ, ਉਹਨਾਂ ਨੂੰ ਟਰੰਪ ਦੇ ਜਾਣ ਤੋਂ ਬਾਅਦ ਹੀ ਉਹਨਾਂ ਨੇ ਕੱਢ ਦੇਣਾ ਹੈ, ਐਂਡ ਉਹਦੇ ਨਾਲ ਹੀ ਉਸ ਵੀਡੀਓ ਦੇ ਨਾਲ ਹੀ ਇਹ ਚੀਜ਼ ਵਾਇਰਲ ਹੋਈ ਅਤੇ ਇਹ ਵਾਇਲੈਂਸ ਸ਼ੁਰੂ ਹੋਇਆ। ਅਤੇ ਹੁਣ ਸਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਉਹ ਸਟੇਟਮੈਂਟ ਸਿਰਫ ਤਾਂ ਸਿਰਫ
CAA protesters ਲਈ ਸੀਗੀ ਜਾਂ ਕਿਉਂਕਿ ਟਰੰਪ ਪਹੁੰਚਿਆ ਸੀ ਇੰਡੀਆ ਵਿੱਚ ਜਾਂ ਟਰੰਪ ਦੇ ਨਾਲ ਜੋ ਪਹੁੰਚੀ ਸੀ ਫੋਰਨ ਮੀਡੀਆ ਬਿਕੋਜ਼ ਅੱਜ ਇਹ ਖਬਰ ਸਾਰੀ ਫੋਰਨ ਮੀਡੀਆ 'ਤੇ ਫੈਲ ਚੁੱਕੀ ਹੈ ਭਾਵੇਂ ਤੁਸੀਂ ਨਿਊਯਾਰਕ ਟਾਈਮਸ ਦੀ ਹੈਡਲਾਈਨਸ ਵੇਖ ਲਓ ਭਾਵੇਂ ਤੁਸੀਂ BBC ਵਾਸ਼ਿੰਗਟਨ ਪੋਸਟ ਦੀ ਹੈਡਲਾਈਨਸ ਵੇਖੋ ਸਾਰਿਆਂ ਵਿੱਚ ਲਿਖਿਆ ਹੋਇਆ ਕਿ ਦਿੱਲੀ ਰਾਇਟਸ ਵਾਇਲੈਂਸ ਇੰਨਾ ਵੱਧ ਚੁੱਕਿਆ ਹੈ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੰਨੇ ਲੋਕ ਇੰਜਰਡ ਹਨ ਅਤੇ ਪੁਲਿਸ ਦਾ ਇਹਦੇ 'ਚ ਕੀ ਕੰਟਰੋਲ ਹੈਗਾ ਇਸ ਸਿਚੁਏਸ਼ਨ ਨੂੰ ਰੋਕਣ ਦਾ ਇਹ ਵੀ ਰਿਪੋਰਟਸ ਇਨ ਅਮੈਰੀਕਨ ਅਤੇ ਬ੍ਰਿਟਿਸ਼ ਪਬਲੀਕੇਸ਼ਨਸ ਵਿੱਚ ਲਿਖੀਆਂ ਗਈਆਂ ਦੈਟ ਪੁਲਿਸ ਕੁਛ ਨਹੀਂ ਕਰ ਰਹੀ ਸੀ ਉਹ ਸਾਈਡ 'ਤੇ ਖੜ੍ਹ ਕੇ ਤਮਾਸ਼ਾ ਵੇਖ ਰਹੀ ਸੀ ਇਹ ਸਾਡੀ ਗੱਲ ਨਹੀਂ ਹੈਗੀ ਇਹ ਨਿਊਯਾਰਕ ਟਾਈਮਸ ਵੰਸ ਅਗੇਨ ਨਿਊਯਾਰਕ ਟਾਈਮਸ ਅਤੇ BBC ਰਿਪੋਰਟ ਕਰਦੀ ਹੈ ਦੈਟ ਪੁਲਿਸ ਅੰਡਰ ਇਕੁਇਪਡ ਸੀ ਐਂਡ ਉਹਨਾਂ ਨੇ ਆਪਣੀ ਜੋਬ ਜੋ ਉਹਨਾਂ ਦਾ ਫਰਜ਼ ਸੀਗਾ ਉਹ ਇਸ ਰਾਇਟਸ ਇਸ ਵਾਇਲੈਂਸ ਵਿੱਚ ਨਹੀਂ ਨਿਭਾਇਆ ਅਤੇ ਇਹ ਸਾਰੀ ਗੱਲਾਂ ਆਪਾਂ ਕਰਾਂਗੇ ਅਤੇ ਸਾਡੇ ਨਾਲ ਜੁੜਨਗੇ ਸਾਡੇ ਇੰਡੀਆ ਦੇ ਕੋਰਸਪੋਂਡੈਂਟ ਤੁਹਾਨੂੰ ਇਹ ਚੀਜ਼ ਦੱਸਣ ਲਈ ਔਨ ਦਾ ਗਰਾਊਂਡ ਕਿ ਉੱਥੇ ਦੀ ਜੋ ਰਿਐਲਿਟੀ ਹੈਗੀ ਅਤੇ ਸਾਡੀ ਰਿਸਪੋਂਸੀਬਿਲਿਟੀ ਬਣਦੀ ਹੈ ਐਜ਼ NRIs ਕਿ ਸਾਨੂੰ ਪਰਖਣਾ ਚਾਹੀਦਾ ਕਿ ਉੱਥੇ ਜੋ ਹੋ ਰਿਹਾ ਉਹ ਅੱਜ ਅਮੈਰੀਕਨ ਅਤੇ ਬ੍ਰਿਟਿਸ਼ ਮੀਡੀਆ ਤੱਕ ਪਹੁੰਚੀ ਹੈ ਗੱਲ ਕਿਉਂ ਪਹੁੰਚੀ ਹੈ ਅਤੇ ਇਹਦੀ ਟਾਈਮਿੰਗ ਕਿਉਂ ਇੰਨੀ ਸਸਪੀਸ਼ੀਅਸ ਹੈਗੀ ਵੰਸ ਅਗੈਨ ਇਹ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੁਹਾਡਾ ਆਪਣਾ ਮੰਚ ਹੈ ਤੁਸੀਂ ਇਹਦੇ 'ਤੇ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਰੱਖ ਸਕਦੇ ਹੋ ਅਤੇ ਆਪਣੇ ਕੁਐਸਚਨਸ ਪੁੱਛ ਸਕਦੇ ਹੋ ਅਤੇ ਸਾਡੀ ਕੋਸ਼ਿਸ਼ ਰਹੂਗੀ ਕਿ ਇਸ ਪ੍ਰੋਗਰਾਮ ਦੇ ਰਾਹੀਂ ਨਾ ਕਿ ਸਿਰਫ ਤੁਹਾਡੇ ਨਾਲ ਬ੍ਰੇਕਿੰਗ ਨਿਊਜ਼ ਅਤੇ ਕਰੰਟ ਇਵੈਂਟਸ ਨੂੰ ਡਿਸਕਸ ਕਰੀਏ ਬਟ ਗਹਿਰਾਈ ਨਾਲ ਉਹਨਾਂ ਨੂੰ ਸੋਚੀਏ ਅਤੇ ਸਮਝੀਏ ਕਿ ਕੀ ਉਹਨਾਂ ਦੇ ਪਿੱਛੇ ਅਸਲੀ ਕਾਰਨ ਹਨ ਅਤੇ ਇੱਥੇ ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਤੁਸੀਂ ਵੀ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਅਤੇ ਗੱਲ ਹੋ ਰਹੀ ਹੈ ਦਿੱਲੀ ਰਾਇਟਸ ਬਾਰੇ ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲੇ ਤੁਹਾਨੂੰ ਦੱਸ ਰਹੇ ਸੀ ਮੇਨ ਅਪਡੇਟਸ ਇੱਕ ਹੋਰ ਅਪਡੇਟ ਹੁਣੇ ਰਿਲੀਜ਼ ਹੋਈ ਹੈ ਅਲ ਜਜ਼ੀਰਾ ਰਿਪੋਰਟ ਕਰ ਰਿਹਾ ਦਿੱਲੀ ਵਿੱਚ ਅਸ਼ੋਕ ਨਗਰ ਵਿੱਚ ਮਾਸਕ ਨੂੰ ਵੀ ਹੁਣ ਜਲਾ ਦਿੱਤਾ ਹੈ ਰਾਇਟਰਸ ਨੇ ਅਤੇ ਸਿਚੁਏਸ਼ਨ ਕਾਫੀ ਹੱਦ ਤੋਂ ਪਾਰ ਹੋ ਗਈ ਹੈ ਅਤੇ ਅਥੋਰਿਟੀਜ਼ ਦਾ ਕਹਿਣਾ ਹੈ ਕਿ ਜੋ ਇਸ ਦੰਗਾਗਿਰੀ ਲਈ ਰਿਸਪੋਂਸੀਬਲ ਹਨ ਭਾਵੇਂ ਉਹ ਰਾਇਟਰਸ ਹੋਣ ਜਾਂ ਪੋਲੀਟੀਸ਼ੀਅਨਸ ਹੋਣ BJP ਆਪਣੀ ਪਾਰਟੀ ਦੀ ਉਹਨਾਂ ਨੂੰ ਵੀ ਅਕਾਊਂਟੇਬਲ ਰੱਖਣਾ ਚਾਹੀਦਾ ਹੈ ਤੁਹਾਡੇ ਲਈ ਇੱਕ ਬਾਈਟ ਪਲੇ ਕਰਾਂਗੇ ਗੌਤਮ ਗੰਭੀਰੀ ਦੀ ਜੋ BJP ਦੀ ਲੀਡਰ ਹਨ ਅਤੇ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਇੱਕ ਮੈਂਬਰ ਕਮਲ ਮਿਸ਼ਰਾ ਬਾਰੇ ਇਹ ਗੱਲ ਕਹੀ अगर आप देखिए ये सारा प्लान किया गया एक चीज़ है कि यहाँ पर डोनाल्ड ट्रंप जी आए हुए हैं उसके बाद आप चाहते हैं कि अभी तक जब शाहीन बाग में चल रहा था वो पिछले 2 महीने से बहुत पीसफुल प्रोटेस्ट चल रहा था सडनली कल आपने इतने ज़्यादा पथराव करना शुरू कर दिया DCP साहब ICU में हैं तो अगर इस तरीके का स्पेशली आप प्लान करके करेंगे कि आप अपनी इमेज वर्ल्ड को बहुत ख़राब दिखाना चाहते हैं तो कहीं ना कहीं ये भी बिल्कुल एक्सेप्टेबल नहीं है देखो आप बात करना चाहते हैं आपके कोई भी डाउट्स हैं मैं फिर ये बात कहूँगा मैंने ये 5-6 बार बात बोली है कोई भी आपके डाउट्स हैं CAA को लेके आप गवर्नमेंट से बात करिए ना गवर्नमेंट रेडी है आपसे बात करने के लिए आपके सारे डाउट्स खत्म करने के लिए लेकिन अगर आप पत्थर उठाएंगे कल आप पिस्टल उठा के आपने 8 राउंड फायर कर दिए उसके बाद आप रॉड्स उठाएंगे नाइफ्स उठाएंगे इसके बाद अगर आप एक्सपेक्ट करते हैं कि यूनिफॉर्म में लोग या फिर पुलिस आपके अगेंस्ट कोई भी एक्शन ले वो भी इंसान उनकी भी फैमिलीज है जिसने भी चाहे वो किसी भी पार्टी का हो चाहे वो कपिल मिश्रा हो चाहे वो कोई भी हो जिन्होंने भी प्रोवोक करने वाली स्पीचेस दी हैं वो बिल्कुल एक्सेप्टेबल नहीं है उनके अगेंस्ट भी एक्शन होना चाहिए उनके अगेंस्ट भी स्ट्रिक्ट एक्शन होना चाहिए अल्टीमेटली यहाँ पर ये जो है अब ये पार्टी का मुद्दा नहीं रह गया ये सारे दिल्लीवासियों का मुद्दा रह गया सारे दिल्लीवासी खुश तरीके से शांति के तरीके से रहना चाहते हैं एक बहुत सुंदर दिल्ली है हर तरीके से हम एक बेहतर दिल्ली बनाना चाहते हैं लेकिन चाहे वो कपिल मिश्रा हो चाहे वो कोई भी व्यक्ति हो अगर वो ऐसी स्पीचेस देंगे उनके अगेंस्ट स्ट्रिक्ट से स्ट्रिक्ट एक्शन हो और जिस तरीके का एक्शन होगा मैं उसके साथ हूँ अगर आप देखिए ये सारा ते एसीगे गौतम गंभीरी दे बाइट रिगार्डिंग अपने ਪਾਰਟੀ ਦੇ ਮੈਂਬਰ ਬਾਰੇ ਕਮਲ ਮਿਸ਼ਰਾ ਜਿਨ੍ਹਾਂ ਨੇ ਇੱਕ ਵਾਇਰਲ ਵੀਡੀਓ ਪਾਈ ਇਸ ਵੀਕਐਂਡ CAA ਪ੍ਰੋਟੈਸਟਰਸ ਨੂੰ ਲੈ ਕੇ ਕਾਫੀ ਮੀਡੀਆ ਆਊਟਲੈਟਸ ਦਾ ਰਿਪੋਰਟ ਇਹ ਕਹਿਣਾ ਹੈ ਕਿ ਉਸ ਬਾਈਟ ਨੂੰ ਲੈ ਕੇ ਇਹ ਵਾਇਲੈਂਸ ਸ਼ੁਰੂ ਹੋਇਆ ਅਤੇ ਹੁਣ ਗੱਲ ਕਰਦੇ ਹਾਂ ਸਾਡੇ ਸਹਿਯੋਗੀ ਗਗਨਦੀਪ ਚੌਹਾਨ ਦੇ ਨਾਲ ਗਗਨਦੀਪ ਜੀ ਵੈਲਕਮ ਟੂ ਅੱਜ ਦਾ ਮੁੱਦਾ ਅਤੇ ਤੁਸੀਂ ਇਸ ਵੇਲੇ ਇੰਡੀਆ ਵਿੱਚ ਇਸ ਦਿੱਲੀ ਰਾਇਟ ਸਿਚੁਏਸ਼ਨ ਬਾਰੇ ਕੀ ਸਾਨੂੰ ਦੱਸ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਅਸ਼ਵਿਤਾ ਬੈਨ ਜੋੜਨ ਦੇ ਲਈ ਦਰਸ਼ਕਾਂ ਦੇ ਨਾਲ ਅਤੇ ਇਸ ਵੇਲੇ ਜਿਹੜਾ ਹੈਗਾ ਹਾਈ ਕੋਰਟ ਨੇ ਇੱਕ ਅੱਧੀ ਰਾਤ ਨੂੰ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਲੀ
ਦਿੱਲੀ ਗਵਰਨਮੈਂਟ, ਦਿੱਲੀ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ, ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨੂੰ ਇੱਕ ਹਿਦਾਇਤ ਜਾਰੀ ਕੀਤੀ ਹੈ ਕਿ ਜਿਹੜੇ ਜ਼ਖਮੀ ਹੋ ਰਹੇ ਨੇ ਜਾਂ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੇ ਲਈ ਜਿਹੜਾ ਹੈਗਾ ਸੇਫ ਪੈਸੇਜ ਜਿਹੜਾ ਹੈਗਾ ਉਹ ਦਿੱਤਾ ਜਾਵੇ, ਉਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ, ਉਹਨਾਂ ਨੂੰ ਫੌਰਨ ਜਿਹੜਾ ਹੈਗਾ ਟ੍ਰੀਟਮੈਂਟ ਜਿਹੜਾ ਹੈਗਾ ਮੁਹੱਈਆ ਕਰਾਇਆ ਜਾਵੇ ਜਿਹੜੇ ਵੀ ਇਹਨਾਂ ਦੰਗਿਆਂ ਵਿੱਚ ਜ਼ਖਮੀ ਹੋ ਰਹੇ ਨੇ। ਅਪਡੇਟ ਇੱਕ ਇਹ ਹੈਗਾ, ਨਾਲ ਹੀ ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਪੂਰੇ ਮਸਲੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹ ਹੁਣ ਐਕਟਿਵ ਹੁੰਦੀਆਂ ਨਜ਼ਰ ਆਈਆਂ ਨੇ, ਜਿਹੜੀ ਪਹਿਲਾਂ ਨਜ਼ਰ ਨਹੀਂ ਸੀ ਆ ਰਹੀਆਂ। ਪਹਿਲੇ ਜਿਹੜੇ ਸ਼ੁਰੂਆਤੀ 2 ਦਿਨ ਸੀਗੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਸਿਕਿਉਰਿਟੀ ਨੂੰ ਲੈ ਕੇ, ਸਿਕਿਉਰਿਟੀ ਫੋਰਸਿਸ ਨੂੰ ਲੈ ਕੇ ਕਈ ਸਾਰੇ ਸਵਾਲ ਖੜੇ ਹੋ ਰਹੇ ਸੀ, ਉਹ ਕਿਤੇ ਨਾ ਕਿਤੇ ਹੁਣ ਸੋਰਟ ਆਊਟ ਹੁੰਦਾ ਨਜ਼ਰ ਆ ਰਿਹਾ। ਹੁਣ ਵੱਡੀ ਗਿਣਤੀ ਜਿਹੜਾ ਹੈਗਾ ਫੋਰਸਿਸ ਨੂੰ ਵੀ ਤੈਨਾਤ ਕੀਤਾ ਗਿਆ, ਨੀਮ ਫੌਜੀ ਦਸਤੇ ਤੈਨਾਤ ਕੀਤੇ ਗਏ ਨੇ, ਪੁਲਿਸ ਨੂੰ ਤੈਨਾਤ ਕੀਤਾ ਗਿਆ, ਨਾਲ ਹੀ ਜਿਹੜੀ ਡਾਇਰੈਕਸ਼ਨ ਹੁਣ ਦਿੱਤੀਆਂ ਗਈਆਂ ਨੇ, ਬੀਤੀ ਰਾਤ ਤੋਂ ਇਹ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਨੇ ਕਿ ਸ਼ੂਟ ਐਟ ਸਾਈਟ ਕਰ ਦਿੱਤਾ ਜਾਵੇ ਜੇਕਰ ਕੋਈ ਇਸ ਤਰੀਕੇ ਦੇ ਦੰਗੇ ਫੈਲਾਉਣ ਦੀ ਕੋਸ਼ਿਸ਼ ਕਰਦਾ, ਜੇਕਰ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕਰਦਾ, ਗੂੰਜ ਜਿਹੜੇ ਨੇ ਜੇਕਰ ਹੁਣ ਇਸ ਤਰੀਕੇ ਦਾ ਦੰਗਾ ਫੈਲਾਉਣ ਦੀ ਕੋਸ਼ਿਸ਼ ਕਰਨਗੇ, ਵਾਇਲੈਂਟ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਸ਼ੂਟ ਐਟ ਸਾਈਟ ਦੇ ਆਰਡਰ ਵੀ ਜਿਹੜਾ ਹੈਗਾ ਹੁਣ ਦੇ ਦਿੱਤੇ ਗਏ। ਗਗਨਦੀਪ, ਇਸ ਤਰ੍ਹਾਂ ਦੇ ਆਰਡਰਸ ਨੂੰ ਇੰਨੀ ਦੇਰ ਕਿਉਂ ਲੱਗੀ? ਕਈ ਸਾਰੀ ਵਜ੍ਹਾ ਅਸ਼ਵਿਤਾ ਉਸ ਦੇ ਪਿੱਛੇ ਨੇ, ਇਸ ਦੇ ਲਈ ਹਾਲਾਂਕਿ ਇੱਕ ਦੋ ਚੀਜ਼ਾਂ ਜਿਹੜੀ ਅਹਿਮ ਨੇ ਉਹਨਾਂ ਤੇ ਜ਼ਰੂਰ ਸੋਚ ਵਿਚਾਰ ਕਰਨਾ ਜ਼ਰੂਰੀ ਹੈ ਕਿ ਡੋਨਲਡ ਟਰੰਪ ਦੀ ਦਿੱਲੀ ਫੇਰੀ ਜਿਹੜੀ ਸੀਗੀ, ਫੇਰੀ ਇੰਡੀਆ ਦਾ ਜਿਹੜੀ ਫੇਰੀ ਸੀ ਉਹਨਾਂ ਦੀ, ਉਸ ਦੇ ਦੂਜੇ ਦਿਨ ਉਹ ਦਿੱਲੀ ਆਏ ਨੇ। ਦਿੱਲੀ ਫੇਰੀ ਦੌਰਾਨ ਜੇਕਰ ਸ਼ੂਟ ਐਟ ਸਾਈਟ ਦੇ ਆਰਡਰ ਉਸ ਵੇਲੇ ਦਿੱਤੇ ਜਾਂਦੇ ਔਰ ਜੇਕਰ ਹਾਲਾਤ ਵਿਗੜ ਜਾਂਦੇ ਤਾਂ ਵਿਦੇਸ਼ੀ ਮਹਿਮਾਨ ਦੇ ਸਾਹਮਣੇ ਕਿਤੇ ਨਾ ਕਿਤੇ ਐਡਮਿਨਿਸਟ੍ਰੇਟਿਵ ਜਿਹੜਾ ਇੱਕ ਲੂਪ ਹੋਲ ਸੀਗਾ, ਜਾਂ ਤਾਂ ਇਹ ਕਹਿ ਲਓ ਕਿ ਉਹ ਸਾਹਮਣੇ ਆਉਂਦਾ ਜਾਂ ਫਿਰ ਸਰਕਾਰ ਦੀ ਨਾਕਾਮੀ ਵਜੋਂ ਵੀ ਇਸ ਨੂੰ ਦੇਖਿਆ ਜਾਂਦਾ, ਕਿਉਂਕਿ ਇੱਥੇ ਖਾਸ ਗੱਲ ਇਹ ਹੈਗੀ ਕਿ ਦਿੱਲੀ ਦੀ ਪੁਲਿਸ ਜਿਹੜੀ ਹੈਗੀ ਉਹ ਦਿੱਲੀ ਸਟੇਟ ਗੌਰਮੈਂਟ ਦੇ ਅੰਡਰ ਨਹੀਂ ਹੈਗੀ, ਉਹ ਸੈਂਟਰ ਗੌਰਮੈਂਟ ਦੇ ਅੰਡਰ ਹੈ, ਹੋਮ ਮਿਨਿਸਟਰੀ ਦੇ ਅੰਡਰ ਹੈ, ਔਰ ਹੋਮ ਮਿਨਿਸਟਰੀ ਨੂੰ ਅਮਿਤ ਸ਼ਾਹ ਦੇਖਦੇ ਨੇ। ਜੇਕਰ ਦਿੱਲੀ ਵਿੱਚ ਉਸ ਤਰੀਕੇ ਨਾਲ ਕੋਈ ਐਕਸ਼ਨ ਲਿਆ ਜਾਂਦਾ ਟਰੰਪ ਦੀ ਮੌਜੂਦਗੀ ਦੇ ਵਿੱਚ, ਔਰ ਜੇਕਰ ਇਸ ਤਰੀਕੇ ਦਾ ਕੋਈ ਐਕਸ਼ਨ ਉਸਦਾ ਅਸਰ ਨਾ ਪੱਕੀ ਹੁੰਦਾ, ਤਾਂ ਸਿੱਧਾ ਸਿੱਧਾ ਸੈਂਟਰ ਗੌਰਮੈਂਟ ਤੋਂ ਸਾਰੇ ਸਵਾਲ ਉੱਠਣੇ ਸੀਗੇ। ਸੋ ਕਿਤੇ ਨਾ ਕਿਤੇ ਨਾਲ ਪੁਲਿਸ ਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਸੀਗਾ ਕਿ ਅਸੀਂ 2 ਦਿਨਾਂ ਦੇ ਅੰਦਰ ਸ਼ਾਇਦ ਕੁਝ ਕੰਟਰੋਲ ਕਰ ਲਵਾਂਗੇ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਸ਼ੁਰੂਆਤ ਹੁੰਦੀ ਹੈ ਇਸ ਸਾਰੀ ਚੀਜ਼ ਦੀ, ਬੀਜੇਪੀ ਦੇ ਲੀਡਰ ਨੇ ਦਿੱਲੀ ਵਿੱਚ ਕਪਿਲ ਮਿਸ਼ਰਾ, ਉਹਨਾਂ ਨੇ ਅਸੈਂਬਲੀ ਇਲੈਕਸ਼ਨ ਵੀ ਫਾਈਟ ਕੀਤਾ ਸੀਗਾ ਔਰ ਆਪਣੇ ਟਵੀਟਸ ਦੀ ਵਜ੍ਹਾ ਕਰਕੇ ਉਸ ਵੇਲੇ ਜਿਹੜਾ ਹੈਗਾ ਸੁਰਖੀਆਂ ਵਿੱਚ ਰਹੇ ਸੀਗੇ। 2 ਦਿਨ ਪਹਿਲਾਂ ਦਾ ਕਪਿਲ ਮਿਸ਼ਰਾ ਦਾ ਜਿਹੜਾ ਬਿਆਨ ਸੀਗਾ ਉਸ ਨੂੰ ਬਹੁਤੇ ਲੋਕ ਇਸ ਗੱਲ ਦੇ ਲਈ ਜ਼ਿੰਮੇਵਾਰ ਮੰਨ ਰਹੇ ਨੇ ਕਿ ਦਿੱਲੀ ਵਿੱਚ ਜਿਹੜੀ ਸਿਚੁਏਸ਼ਨ ਜਿਹੜੀ ਵਿਗੜੀ ਹੈ, ਜਿਹੜੇ ਦੰਗੇ ਭੜਕੇ ਹੈ, ਉਸਦੇ ਵਿੱਚ ਕਪਿਲ ਮਿਸ਼ਰਾ ਦੀ ਸਟੇਟਮੈਂਟ ਦਾ ਵੀ ਇੱਕ ਵੱਡਾ ਹੱਥ ਸੀਗਾ ਅਸ਼ਮਿਤਾ। ਐਂਡ ਇਹ ਗੱਲ ਜੋ ਗਰਾਊਂਡ ਵਿੱਚ ਇਸ ਵੇਲੇ ਸਿਚੁਏਸ਼ਨ ਹੈਗੀ, ਭਾਵੇਂ ਉਹ ਕਪਿਲ ਮਿਸ਼ਰਾ ਦੀ ਹੋਏ, ਭਾਵੇਂ ਉਹ ਜੋ ਰਾਈਟਰਸ ਇਨਵੋਲਵਡ ਹਨ ਇਹ ਸਾਰੇ ਵਾਇਲੈਂਸ ਵਿੱਚ, ਕੀ ਫੀਲਿੰਗ ਹੈ ਕਿ ਇਨ ਲੋਕਾਂ ਨੂੰ ਅਕਾਊਂਟੇਬਲ ਰੱਖਣਾ ਚਾਹੀਦਾ ਹੈ ਅਤੇ ਕਿਸ ਲੈਵਲ ਤੱਕ ਇਹਨਾਂ ਨੂੰ ਅਕਾਊਂਟੇਬਲ ਹੋਲਡ ਕਰਨਾ ਚਾਹੀਦਾ ਹੈ ਗਵਰਨਮੈਂਟ ਨੂੰ? ਦੇਖੋ, 3 ਦਿਨ ਹੋ ਚੁੱਕੇ ਨੇ, ਦੇਸ਼ ਦੀ ਰਾਜਧਾਨੀ ਹੈ, ਜਿਸ ਦੇਸ਼ ਨੂੰ ਜਿਹੜਾ ਹੈਗਾ, ਇੱਕ ਪਾਸੇ ਅਸੀਂ ਅਮਰੀਕੀ ਰਾਸ਼ਟਰਪਤੀ ਆਉਂਦੇ ਨੇ ਤਾਂ ਉਹ ਇਹ ਕਹਿੰਦੇ ਨੇ ਕਿ ਇਹ ਦੇਸ਼ ਜਿਹੜਾ ਹੈਗਾ ਇਸ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਜ਼ਾਦੀ ਹੈ, ਇੱਕ ਪਾਸੇ ਜਿਹੜਾ ਹੈਗਾ ਇਸ ਦੇਸ਼ ਦੇ ਵਿੱਚ ਜਿਹੜਾ ਹੈਗਾ ਇਸ ਤਰੀਕੇ ਦੀ ਤਸਵੀਰ ਜਦੋਂ ਸਾਹਮਣੇ ਆਉਂਦੀ ਹੈ ਜੋ ਦੰਗੇ ਭੜਕਦੇ ਨੇ ਔਰ ਉਹ ਵੀ ਦੇਸ਼ ਦੀ ਰਾਜਧਾਨੀ ਦੇ ਵਿੱਚ ਇਸ ਤਰ੍ਹਾਂ ਦੇ ਦੰਗੇ ਭੜਕਦੇ ਨੇ, ਤਾਂ ਉਹ ਆਪਣੇ ਆਪ ਵਿੱਚ ਪੂਰੇ ਸਿਸਟਮ ਦੇ ਸਵਾਲ ਖੜੇ ਕਰਦੇ ਨੇ। ਔਰ ਵੱਡੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਹੁਣ ਇਸ ਤੋਂ ਪਹਿਲਾਂ ਵੀ ਦਰਸ਼ਕਾਂ ਨਾਲ ਗੱਲ ਕਰ ਰਹੇ ਸੀਗੇ, ਜਿਹੜਾ ਅਸ਼ੋਕ ਨਗਰ ਦੀ ਇੱਕ ਤਸਵੀਰ ਜਿਹੜੀ ਹੈਗੀ ਉਹ ਸਾਹਮਣੇ ਆਈ ਹੈ, ਦਿੱਲੀ ਦਾ ਅਸ਼ੋਕ ਨਗਰ ਇਲਾਕਾ ਹੈਗਾ ਨੋਇਡਾ ਦੇ ਨਾਲ ਲੱਗਦਾ ਹੋਇਆ ਏਰੀਆ, ਜਿੱਥੇ ਘੱਟ ਗਿਣਤੀ ਦੇ ਧਾਰਮਿਕ ਥਾਂ ਨੂੰ ਜਿਹੜਾ ਹੈਗਾ ਨਿਸ਼ਾਨਾ ਬਣਾਇਆ ਗਿਆ। ਯਾਨੀ ਹੁਣ ਇਹ ਸਾਰੇ ਦਾ ਸਾਰਾ ਸਿਨੈਰੀਓ ਜਿਹੜਾ ਹੈਗਾ, ਜਿਹਨੂੰ ਕਿਸੇ ਵੇਲੇ ਇਹ ਕਿਹਾ ਜਾ ਰਿਹਾ ਸੀ ਕਿ ਇਹ ਪ੍ਰੋ CAA ਔਰ NTCA ਪ੍ਰੋਟੈਸਟ ਹੈਗਾ ਔਰ ਉਸਨੂੰ ਲੈ ਕੇ ਜਿਹੜਾ ਹੈਗਾ ਆਪਸ ਵਿੱਚ ਗੁੱਟ ਭਿੜ ਰਹੇ ਨੇ, ਹੁਣ ਉਹ CAA ਵਾਲੀ ਗੱਲ ਜਿਹੜੀ ਹੈਗੀ ਉਹ ਕਿਤੇ ਸਾਈਡਲਾਈਨ ਹੁੰਦੀ ਨਜ਼ਰ ਆ ਰਹੀ ਹੈ। ਪੂਰੇ ਦਾ ਪੂਰਾ ਸਿਨੈਰੀਓ ਜਿਹੜਾ ਹੈਗਾ ਉਹ ਹਿੰਦੂ ਮੁਸਲਿਮ ਰੋਇਟਸ ਵਿੱਚ ਜਾਂ ਤਾਂ ਉਸਨੂੰ ਕਨਵਰਟ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ, ਸਾਜਿਸ਼ ਹੋ ਰਹੀ ਹੈ, ਦੋਵੇਂ ਗੱਲਾਂ ਨੇ। ਔਰ ਉਸ ਸਿਨੈਰੀਓ ਦੇ ਵਿੱਚ ਹੁਣ ਕੀਤਾ ਕੀ ਜਾਏ? ਸਰਕਾਰ ਨੂੰ ਸਭ ਤੋਂ ਪਹਿਲੀ ਗੱਲ ਇਹ ਕਿ ਜਿਹੜੇ ਲੋਕ ਸਰਕਾਰ ਦੇ ਅੰਦਰ ਬਹਿ ਕੇ ਅਜਿਹੀ ਚੀਜ਼ਾਂ ਦੇ ਉੱਤੇ ਇਨਸੈਂਸਿਟਿਵ ਬਿਆਨ ਜਿਹੜੇ ਦਿੰਦੇ, ਨੋਨ ਸੈਂਸਿਟਿਵ ਜਿਹੜੀ ਗੱਲਾਂ ਕਰਦੇ ਨੇ, ਉਹਨਾਂ ਨੂੰ ਜਿਹੜਾ ਹੈਗਾ ਅਕਾਊਂਟੇਬਲ ਬਣਾਉਣਾ ਹੋਏਗਾ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਸਿੱਧਾ ਰਾਹ ਦੱਸਣਾ ਹੋਏਗਾ, ਜੇਕਰ ਸਰਕਾਰ ਚਾਹੁੰਦੀ ਹੈ ਕਿ ਇਹ ਚੀਜ਼ਾਂ ਕੰਟਰੋਲ ਵਿੱਚ ਆਉਣ, ਜੇਕਰ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਵਿੱਚ ਮਾਹੌਲ ਵਧੀਆ ਰਹੇ, ਤਾਂ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਦੱਸਣਾ ਹੋਏਗਾ ਕਿ ਤੁਹਾਡੀ ਲਾਈਨ ਇਹ ਹੈ, ਇਸ ਲਾਈਨ ਨੂੰ, ਇਸ ਲਿਮਿਟ ਨੂੰ ਕ੍ਰੋਸ ਨਾ ਕਰੋ। ਕਿਤੇ ਨਾ ਕਿਤੇ ਇਹ ਡਾਇਰੈਕਸ਼ਨ ਦੇਣੀਆਂ ਹੋਣਗੀਆਂ। ਔਰ ਕਿਤੇ ਨਾ ਕਿਤੇ ਜਿਹੜੇ ਲੋਕ ਅਜਿਹੇ ਬਿਆਨ ਦੇ ਰਹੇ ਨੇ, ਬੇਸ਼ੱਕ ਉਹ ਕਪਿਲ ਮਿਸ਼ਰਾ ਨੇ, ਗੌਤਮ ਗੰਭੀਰ ਨੇ ਵੀ ਆਪਣੀ ਗੱਲ ਵਿੱਚ ਕਿਹਾ ਕਿ ਬੇਸ਼ੱਕ ਉਹ ਕੋਈ ਵੀ ਹੋਵੇ ਜਿਹੜਾ ਦੇਸ਼ ਦੇ ਖਿਲਾਫ ਗੱਲ ਕਰ ਰਿਹਾ, ਜਿਹੜਾ ਦੇਸ਼ ਦੇ ਮਾਹੌਲ ਨੂੰ ਖਰਾਬ ਕਰ ਰਿਹਾ, ਉਸ ਦੇ ਖਿਲਾਫ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ। ਹੁਣ ਸਟ੍ਰਿਕਟ ਐਕਸ਼ਨ ਲਏਗਾ ਕੌਣ? ਹੋਮ ਮਿਨਿਸਟਰ, ਦਿੱਲੀ ਦਾ ਜਿਹੜਾ ਇੰਟਰਨਲ ਸਿਕਿਉਰਿਟੀ ਹੈ ਹੋਮ ਮਿਨਿਸਟਰ ਦੇ ਅੰਡਰ ਹੈ, ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਕੋਲ ਹੈ, ਅਮਿਤ ਸ਼ਾਹ ਕੀ ਸਟ੍ਰਿਕਟ ਐਕਸ਼ਨ ਲੈਣਗੇ, ਵੱਡਾ ਸਵਾਲ ਇਸ ਗੱਲ ਨੂੰ ਲੈ।
इसलिए आम आदमी पार्टी भी कितने कितने एक सेफर साइड लेके चल रही है। सारिया गल्लां नूं लेके जिहड़ा हैगा ओह सीधा सीधा हुण सेंटर गवर्नमेंट नूं लिखती जा रही है और एड्रेस कर रही है, बड़ा पोलाइटली एड्रेस कर रही है। यानी वो बोल जिहड़ी हैगी है जिसनूं आपां कहिंदे कि बोल इन सेंटर कोर्ट, सेंटर गवर्नमेंट दे कोर्ट विच उसने बोल पा दित्ती है। ते उस तों बाद जिहड़ा हैगा जो भी हुण होएगा एक्शन जो होएगा वो वेखण वाली गल होएगी किन्नी देर तक जिहड़ा हैगा ये हालात नूं जिहड़ा हैगा कंट्रोल कर पाउंदे। ते जो इस वेले वायलेंस देखिया जा रहा है तो जो कैजुअलिटीज ते जो डिस्ट्रक्शन हो रही है दिल्ली दी ओदी कोई अंत सानू नजर आ रहा है एनी टाइम सून? लगता है कि ये चीज नू कंट्रोल किता जाएगा आन वाले दिनों विच? ਦੇਖੋ ਅਸ਼ਮਿਤਾ, ਜਿਵੇਂ ਬੀਤੀ ਰਾਤ ਜਿਹੜਾ ਹੈਗਾ ਸ਼ੂਟ ਐਟ ਸਾਈਟ ਦੇ ਆਰਡਰ ਦਿੱਤੇ ਗਏ ਨੇ ਔਰ ਐਕਸ਼ਨ ਜਿਹੜਾ ਹੈਗਾ ਉਸਨੂੰ ਇਨਕਰੀਜ਼ ਕੀਤਾ, ਰੈਪਿਡ ਐਕਸ਼ਨ ਫੋਰਸ ਜਿਹੜੀ ਹੈਗੀ ਉਸਨੂੰ ਤੈਨਾਤ ਕੀਤਾ ਗਿਆ, ਨੀਮ ਫੌਜੀ ਦਸਤੇ ਤੈਨਾਤ ਕੀਤੇ ਗਏ ਨੇ। ਇੱਕ ਗੱਲ ਤਾਂ ਫੋਰ ਸ਼ੋਰ ਇਹ ਮੰਨੀ ਜਾਵੇ ਕਿ ਕੁਛ ਨਾ ਕੁਛ ਅਸਰ ਜਿਹੜਾ ਹੈਗਾ ਅੱਜ ਦੇ ਦਿਨ ਦਾ ਜਿਹੜਾ ਹੈਗਾ, ਅੱਜ ਦਾ ਦਿਨ ਕਾਫੀ ਅਹਿਮ ਰਹਿਣ ਵਾਲਾ ਹੈ। ਅੱਜ ਦਾ ਦਿਨ ਜਿਹੜਾ ਹੈਗਾ, ਅੱਜ ਦੀ ਸਵੇਰ ਜਿਹੜੀ ਹੈਗੀ ਦਿੱਲੀ ਵਿੱਚ ਚੜੀ ਹੈਗੀ ਹੈ ਕਿੰਨੀ ਸ਼ਾਂਤੀ ਰਹਿੰਦੀ ਹੈ ਔਰ ਕਿਸ ਤਰੀਕੇ ਨਾਲ, ਕਿਉਂਕਿ ਹੁਣ ਜੇਕਰ ਸੀਐਮ ਦੀ ਅਪੀਲ ਤੇ ਅਸੀਂ ਧਿਆਨ ਦਈਏ, ਸੀਐਮ ਅਰਵਿੰਦ ਕੇਜਰੀਵਾਲ ਨੇ ਉੱਥੇ ਅਪੀਲ ਕੀਤੀ ਲੋਕਾਂ ਨੂੰ ਪਲੀਜ਼ ਕਮੇਟੀਜ਼ ਬਣਾਈਆਂ ਜਾਣ, ਲੋਕ ਜਾ ਕੇ ਜਿਹੜਾ ਹੈਗਾ ਲੋਕਾਂ ਨਾਲ ਗੱਲ ਕਰਨ, ਮਿਲਣ, ਉਹਨਾਂ ਨੂੰ ਕੋਸ਼ਿਸ਼ ਕਰਨ, ਮੰਦਿਰ ਮਸਜਿਦ ਜਿਹੜੇ ਨੇ ਉਸ ਨੂੰ ਇਸ ਨੂੰ ਦੇਣ ਕਿ ਅਮਨੋ ਅਮਾਨ ਬਣਾ ਕੇ ਰੱਖਿਆ ਜਾਵੇ। ਕਿਉਂਕਿ ਅਲਟੀਮੇਟਲੀ ਦੇਖੋ ਦਿੱਲੀ ਵਿੱਚ ਜਿਹੜਾ ਰਹਿਣ ਵਾਲਾ ਸ਼ਖਸ ਹੈਗਾ ਉਹ ਇਸ ਤਰੀਕੇ ਦੇ ਝਗੜੇ ਵਿੱਚ ਹਜੇ ਤੱਕ ਵੀ ਮਾਹਿਰ ਇਹ ਮੰਨਦੇ ਨੇ ਕਿ ਉਸ ਦੇ ਜਿਹੜੇ ਲੋਕਲ ਲਾਈਟ ਨੇ ਉਹ ਇਹਨਾਂ ਚੀਜ਼ਾਂ ਦਾ ਵਿੱਚ ਬਹੁਤਾ ਜ਼ਿਆਦਾ ਸਿੱਧੇ ਤੌਰ ਤੇ ਇਨਵੋਲਵ ਨਹੀਂ ਹੁੰਦੇ। ਸੋ ਕਿਤੇ ਨਾ ਕਿਤੇ ਖਦਸ਼ਾ ਇੱਕ ਜਿਹੜਾ ਪ੍ਰਗਟਾਇਆ ਜਾ ਰਿਹਾ ਕਿ ਦੂਜੇ ਸੂਬਿਆਂ ਤੋਂ ਵੀ ਲਿਆ ਕੇ ਕਿ ਇੱਥੇ ਦੰਗੇ ਕਰਵਾਏ ਜਾ ਰਹੇ ਨੇ, ਇਸ ਗੱਲ ਨੂੰ ਵੀ ਜਿਹੜਾ ਹੈਗਾ ਪੁਆਇੰਟ ਆਊਟ ਕੀਤਾ ਜਾ ਰਿਹਾ। ਔਰ ਨਾਲ ਹੀ ਹੁਣ ਜਿਹੜਾ ਕੰਟਰੋਲ ਕਰਨ ਦੀ ਸਿਚੁਏਸ਼ਨ ਹੋਏਗੀ ਜਦੋਂ ਫੋਰਸਿਸ ਤੈਨਾਤ ਹੋਣਗੀਆਂ ਔਰ ਜਦੋਂ ਇਸ ਤਰ੍ਹਾਂ ਦੇ ਦੰਗਾਈਆਂ ਦੇ ਖਿਲਾਫ਼ ਕਾਰਵਾਈ ਕਰਨਗੀਆਂ। ਸੋ ਕਿਤੇ ਨਾ ਕਿਤੇ ਇੱਕ ਲੱਗਦਾ ਹੈ ਕਿ ਅੱਜ ਦਾ ਦਿਨ ਜਿਹੜਾ ਹੈਗਾ ਉਹ ਕਾਫ਼ੀ ਅਹਿਮ ਰਹੇਗਾ ਇਸ ਪਰਸਪੈਕਟਿਵ ਦੇ ਨਾਲ। ਜੋ ਇਸ ਸਾਰੀ ਪ੍ਰੋਟੈਸਟ ਹੋ ਰਹੀ ਹੈ ਇਹਦੇ ਵਿੱਚ ਜੋ ਸਟੂਡੈਂਟਸ ਦੀ ਇਨਵੋਲਵਮੈਂਟ ਹੈਗੀ, ਇਹਦੇ ਬਾਰੇ ਤੁਹਾਡਾ ਕੀ ਕਮੈਂਟ ਹੈ ਕਿ ਇਹ ਸਟੂਡੈਂਟਸ ਇਨਵੋਲਵਡ CAA ਐਕਟ ਲਈ ਹੈਗੇ, ਇਹ ਸਟੂਡੈਂਟਸ ਧਰਮ ਦੇ ਲਈ ਇਨਵੋਲਵ ਹੋ ਰਹੇ ਹਨ, ਅਤੇ ਗਵਰਨਮੈਂਟ ਨੂੰ ਇਹ ਸਟੂਡੈਂਟਸ ਕਿਸ ਤਰ੍ਹਾਂ ਵਿਊ ਕਰਦੇ ਇਸ ਟਾਈਮ ਵਿੱਚ? ਇੱਕ ਬਹੁਤ ਕਲੀਅਰ ਸੀ ਗੱਲ, ਅਸੀਂ ਕਹਿੰਦੇ ਹਾਂ ਕਿ ਇੰਡੀਆ ਸਭ ਤੋਂ ਵੱਡੀ ਡੈਮੋਕ੍ਰੇਸੀ ਹੈਗੀ ਹੈ ਦੁਨੀਆ ਦੀ, ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਜੇਕਰ ਕਿਸੇ ਇਸ਼ੂ ਤੇ ਕੋਈ ਵਿਵਾਦ ਵੀ ਹੁੰਦਾ ਹੈ ਤਾਂ ਡੈਮੋਕ੍ਰੇਟਿਕ ਜੇਕਰ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਹੁੰਦਾ ਹੈ ਕਿ ਉਸ ਵਿਵਾਦ ਨੂੰ ਸਮਝਣਾ ਚਾਹੀਦਾ, ਉਸ ਤੇ ਗੱਲ ਕਰਨੀ ਚਾਹੀਦੀ ਹੈ। ਦੁਨੀਆ ਦੇ ਬਹੁਤੇ ਮੁਲਕ ਨੇ ਜਿਨ੍ਹਾਂ ਵਿੱਚ ਕਾਨੂੰਨ ਬਣਦੇ ਨੇ ਔਰ ਉਹਨਾਂ ਕਾਨੂੰਨਾਂ ਜਦੋਂ ਵਿਰੋਧ ਹੁੰਦਾ ਹੈ ਤਾਂ ਉਹਨਾਂ ਦੀ ਗੱਲ ਵੀ, ਉਹ ਜਿਹੜਾ ਵਿਰੋਧ ਹੁੰਦਾ ਉਸਨੂੰ ਵੀ ਸੁਣਿਆ ਜਾਂਦਾ ਹੈ। ਜੇਕਰ ਸਰਕਾਰ ਇਹ ਸੋਚ ਲਵੇ ਕਿ ਸਾਡੇ ਕੋਲ ਮੈਜੋਰਟੀ ਹੈਗੀ ਹੈ, ਫੁੱਲ ਮੈਜੋਰਟੀ ਹੈਗੀ ਔਰ ਅਸੀਂ ਜੋ ਕਾਨੂੰਨ ਬਣਾਤਾ ਉਹੀ ਠੀਕ ਹੈਗਾ, ਉਹ ਕਿਤੇ ਨਾ ਕਿਤੇ ਇੱਕ ਬੈਰੀਅਰ ਬਣ ਜਾਂਦਾ ਹੈ। ਜਦੋਂ ਕਮਿਊਨੀਕੇਸ਼ਨ ਨਹੀਂ ਹੁੰਦਾ, ਜਦੋਂ ਸੰਵਾਦ ਨਹੀਂ ਹੁੰਦਾ ਤਾਂ ਫਿਰ ਦਿੱਕਤਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ। ਉਹੀ ਦਿੱਕਤ ਜਿਹੜੀ ਹੈਗੀ ਉਹ CAA ਨੂੰ ਲੈ ਕੇ ਜਿਹੜੀ ਹੈਗੀ ਹੈ ਮੁੱਖ ਤੌਰ ਤੇ ਜਿਹੜੀ ਸਾਹਮਣੇ ਆਈ ਹੈ। ਇੱਕ ਪੱਖ ਹੈਗਾ ਜਿਸ ਦੇ ਮਨ ਵਿੱਚ ਕਈ ਸਾਰੇ ਖਦਸ਼ੇ ਹੈ ਕਿ CAA ਲਾਗੂ ਹੋਏਗਾ, NRC ਲਾਗੂ ਹੋਏਗਾ ਤਾਂ ਉਹਨਾਂ ਨੂੰ ਜਿਹੜਾ ਹੈਗਾ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਏਗਾ, ਉਹਨਾਂ ਦੇ ਹਾਲਾਤ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਮੁਸ਼ਕਿਲ ਹਾਲਾਤ ਉਹਨਾਂ ਦੇ ਲਈ ਪੈਦਾ ਹੋ ਜਾਣਗੇ। ਦੂਜੇ ਪਾਸੇ ਸਰਕਾਰ ਹੈਗੀ ਹੈ, ਸਰਕਾਰ ਕਹਿੰਦੀ ਹੈ ਕਿ ਅਸੀਂ ਨਹੀਂ, ਇੱਕ ਐਕਟ ਅਸੀਂ ਬਣਾ ਦਿੱਤਾ ਹੈ, ਸਾਡੇ ਕੋਲ ਬਹੁਮਤ ਹੈਗਾ, ਅਸੀਂ ਸਾਰੇ ਤਰੀਕੇ ਇਸ ਨੂੰ ਪਾਸ ਕਰਾ ਦਿੱਤਾ ਹੈ ਔਰ ਇਸ ਨੂੰ ਜਿਹੜਾ ਹੈਗਾ ਅਸੀਂ ਸਹੀ ਤਰੀਕੇ ਲਾਗੂ ਕਰਾਂਗੇ, ਇਸ ਦੇ ਵਿੱਚ ਕਿਸੇ ਨੂੰ ਨੁਕਸਾਨ ਨਹੀਂ ਹੋਏਗਾ। ਪਰ ਦੋਵਾਂ ਦੇ ਵਿਚਾਲੇ ਆਪਸੀ ਗੱਲਬਾਤ, ਆਪਸੀ ਸੰਵਾਦ ਜਿਹੜਾ ਹੈਗਾ ਹੁਣ ਤੱਕ ਨਹੀਂ ਹੋ ਪਾ ਰਿਹਾ, ਸਿੱਧੇ ਤੌਰ ਤੇ ਨਹੀਂ ਹੋ ਪਾ ਰਿਹਾ। ਸੁਪਰੀਮ ਕੋਰਟ ਨੂੰ ਜਾ ਕੇ ਵਿੱਚ ਜਿਹੜਾ ਹੈਗਾ ਜਿਹੜੇ ਲੋਕ ਨੇ ਉਹਨਾਂ ਨੂੰ ਤੈਨਾਤ ਕਰਨਾ ਪੈ ਰਿਹਾ, ਗੱਲਬਾਤ ਕਰਨ ਦੇ ਲਈ ਲੋਕ ਤੈਨਾਤ ਕਰਨੇ ਪਏ ਨੇ। ਇਹ ਜਿਹੜੇ ਹਾਲਾਤ ਨੇ ਇਹ ਕਿਤੇ ਨਾ ਕਿਤੇ ਹਜੇ ਵੀ ਪੂਰੇ ਦੇਸ਼ ਦੇ ਅੰਦਰ ਜਿਹੜਾ ਮਾਹੌਲ ਹੈਗਾ, ਜਿਹੜਾ ਤੁਸੀਂ ਸਟੂਡੈਂਟ ਇਨਵੋਲਵਮੈਂਟ ਵਾਲੀ ਗੱਲ ਕਰ ਰਹੇ ਹੋ, ਸਟੂਡੈਂਟ ਕੀ ਚਾਹੁੰਦਾ ਹੈ? ਸਟੂਡੈਂਟ ਇਸ ਵੇਲੇ ਉਹ ਸਟੂਡੈਂਟ ਨਹੀਂ ਰਿਹਾ ਕਿ ਜਿਸ ਨੂੰ ਸਿਰਫ ਜੋ ਸਕੂਲਾਂ ਕਾਲਜਾਂ ਚ ਪੜਾਇਆ ਜਾਏਗਾ ਉਹ ਸਿਰਫ ਉੱਥੇ ਤੱਕ ਸੀਮਿਤ ਰਹੇਗਾ। ਉਹਦੇ ਕੋਲ ਸੋਰਸ ਆਫ ਇਨਫੋਰਮੇਸ਼ਨ ਬਹੁਤ ਜ਼ਿਆਦਾ ਨੇ, ਉਹ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਦਾ, ਸਮਝਦਾ ਹੈ ਤੇ ਉਸ ਤੋਂ ਬਾਅਦ ਐਕਸ਼ਨ ਲੈਂਦਾ ਹੈ। ਤੇ ਉਹ ਜੇਕਰ ਸਰਕਾਰ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਜਾਂ ਬਾਕੀ ਜਿਹੜੇ ਗਰੁੱਪਸ ਨੇ ਉਹਨਾਂ ਦੇ ਨਾਲ ਗੱਲ ਕਰਨਾ ਚਾਹੁੰਦਾ ਤਾਂ ਉਹਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ। ਜੇਕਰ ਉਸ ਨੂੰ ਸੁਣਿਆ ਨਹੀਂ ਗਿਆ ਤਾਂ ਫਿਰ ਹਾਲਾਤ ਜਿਹੜਾ ਹੈਗਾ ਹੋਰ ਜ਼ਿਆਦਾ ਮੁਸ਼ਕਿਲ ਹੋਣਗੇ, ਕਿਉਂਕਿ ਯੰਗ ਏਜ ਜਿਹੜਾ ਯੰਗ ਬਲੱਡ ਜਿਹੜਾ ਹੁੰਦਾ ਉਸਨੂੰ ਰਾਈਟ ਡਾਇਰੈਕਸ਼ਨ ਵਿੱਚ ਲੈ ਜਾਣਾ ਔਰ ਰੋਂਗ ਡਾਇਰੈਕਸ਼ਨ ਵਿੱਚ ਲੈ ਜਾਣਾ, ਉਹ ਦੋਵੇਂ ਪਾਸੇ ਲੈ ਜਾਣਾ ਬਹੁਤ ਇੱਕ ਬਰੀਕ ਜਿਹੀ ਲਾਈਨ ਹੁੰਦੀ ਹੈ। ਰੋਂਗ ਡਾਇਰੈਕਸ਼ਨ ਵਿੱਚ ਲੈ ਕੇ ਜਾਣਾ ਤਾਂ ਕੋਈ ਵੀ ਉਹਨਾਂ ਨੂੰ ਭੜਕਾ ਕੇ ਜਿਹੜਾ ਹੈਗਾ ਗਲਤ ਕੰਮ ਦੇ ਲਈ ਵੀ ਜਿਹੜਾ ਹੈਗਾ ਉਕਸਾ ਕੇ ਜਿਹੜਾ ਹੈਗਾ ਉਕਸਾਵੇ ਵਾਲੀ ਕਾਰਵਾਈ ਕਰਵਾ ਸਕਦਾ ਹੈ ਔਰ ਉਸਦੇ ਪਿੱਛੇ ਜਿਹੜਾ ਹੈਗਾ ਉਸਦੇ ਪਿੱਛੇ ਧਰਮ ਨੂੰ ਵੀ ਵਜ੍ਹਾ ਬਣਾਇਆ ਜਾ ਸਕਦਾ ਹੈ, ਉਸਦੇ ਪਿੱਛੇ ਮਜ਼ਹਬ ਨੂੰ ਵਜ੍ਹਾ ਬਣਾਇਆ ਜਾ ਸਕਦਾ ਹੈ, ਉਸਦੇ ਪਿੱਛੇ ਘੱਟ ਗਿਣਤੀ ਦੇ ਹੱਕਾਂ ਨੂੰ ਵਜ੍ਹਾ ਬਣਾਇਆ ਜਾ ਸਕਦਾ ਹੈ, ਕੋਈ ਵੀ ਸਿਨੈਰੀਓ ਪੇਸ਼ ਕੀਤਾ ਜਾ ਸਕਦਾ। ਔਰ ਜਿਹੜਾ ਇਸ ਵੇਲੇ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਕਿ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਸੁਨੇਹੇ ਦਿੱਤੇ ਜਾਂਦੇ ਨੇ, ਜਿਸ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਉਹ ਗੱਲਾਂ ਕੀਤੀਆਂ ਜਾਂਦੀਆਂ ਨੇ, ਲੋਕਾਂ ਨੂੰ ਜਿਹੜਾ ਹੈਗਾ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਉਸ ਦਾ ਅਸਰ ਜਿਹੜਾ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲਦਾ ਔਰ ਲੋਕ ਜਿਹੜਾ ਹੈਗਾ ਉਸ ਇਨਫੋਰਮੇਸ਼ਨ ਦੇ ਬੇਸ ਤੇ ਹੀ ਕਿਤੇ ਨਾ ਕਿਤੇ ਇਹ ਸਮਝ ਲੈਂਦੇ ਕਿ ਇਹੀ ਸਹੀ ਇਨਫੋਰਮੇਸ਼ਨ ਹੈਗੀ। ਮਿਸਲੈਡ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਵੀ ਲੋਕਾਂ ਤੱਕ ਜਾਂਦੀ ਹੈ ਔਰ ਜਦੋਂ ਸਟੂਡੈਂਟਸ ਤੱਕ ਜਾਂਦੀ ਹੈ ਜਾਂ ਯੂਥ ਤੱਕ ਜਾਂਦੀ ਹੈ
ਗਗਨਦੀਪ ਥੈਂਕ ਯੂ ਸੋ ਮਚ, ਤੁਸੀਂ ਉੱਥੇ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਅਤੇ ਜੋ ਔਨ ਦ ਗਰਾਊਂਡ ਰਿਐਲਿਟੀ ਹੈ ਸਾਡੇ ਵਿਊਅਰਸ ਨੂੰ ਇੰਨੀ ਗਹਿਰਾਈ ਵਿੱਚ ਦੱਸੀ ਅਤੇ ਗੱਲ ਇਸ ਤਰ੍ਹਾਂ ਹੀ ਜਾਰੀ ਰਹੇਗੀ। ਤੁਸੀਂ ਵੀ ਆਪਣੇ ਕਾਲ ਕਰਕੇ ਸਾਡੇ ਨਾਲ ਵਿਚਾਰ ਅਤੇ ਆਪਣੇ ਕੁਐਸਚਨਸ ਰੱਖ ਸਕਦੇ ਹੋ। ਡੀਪ ਡਾਈਵ ਕਰਾਂਗੇ ਗੱਲ ਇਸ ਟੌਪਿਕ 'ਤੇ ਬ੍ਰੇਕ ਤੋਂ ਬਾਅਦ। ਸਵਾਗਤ ਹੈ, ਗੱਲ ਹੋ ਰਹੀ ਹੈ ਉਸ ਖਬਰ ਦੀ ਜੋ ਨਾ ਕਿ ਸਿਰਫ ਇੰਡੀਆ ਤੇ ਪੰਜਾਬ ਦੀ ਸਾਰੀ ਅਖਬਾਰਾਂ ਤੇ ਮੀਡੀਆ ਆਊਟਲੈਟਸ ਤੇ ਅੱਜ ਹੈਡਲਾਈਨ ਬਣ ਕੇ ਪੇਸ਼ ਹੋਈ ਹੈ, ਬਟ ਯੂਨਾਈਟਿਡ ਸਟੇਟਸ ਤੇ ਨਿਊਯਾਰਕ ਟਾਈਮਸ ਤੇ ਯੂਕੇ ਦੀ BBC ਤੇ ਵੀ ਇਹ ਹੈਡਲਾਈਨ ਬਣ ਕੇ ਖਬਰ ਨਿਕਲੀ ਹੈ। ਇਹ ਹੈਗੀ ਦਿੱਲੀ ਰਾਇਟਸ ਦੀ ਤੇ ਕਾਲਰ ਸਰ ਨਾਲ ਜੁੜ ਚੁੱਕੇ, ਸੁਣਦੇ ਉਹਨਾਂ ਦੇ ਵਿਚਾਰ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਅਸ਼ਮਿਤਾ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂ, ਮੈਂ ਰਿਚਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ ਬੋਲ ਰਿਹਾ ਜੀ। ਦੱਸੋ ਬਾਜਵਾ ਜੀ, ਕੀ ਤੁਹਾਡੇ ਵਿਚਾਰ ਹਨ ਇਸ ਮੁੱਦੇ ਤੇ? ਹਾਂ, ਮੈਂ ਤੁਹਾਡਾ ਪ੍ਰੋਗਰਾਮ ਸਾਰਾ ਸੁਣਿਆ। ਦਿੱਲੀ ਦੇ ਰਾਇਟ ਪੜ੍ਹੇ ਵੀ ਤੇ ਦੇਖੇ ਵੀ, TV ਤੇ ਜਿੰਨੀਆਂ ਪਿਕਚਰਸ ਆਉਂਦੀਆਂ ਸੀ। ਬਾਕੀ ਗਗਨਦੀਪ ਚੌਹਾਨ ਨੇ ਬਹੁਤ ਡਿਟੇਲ 'ਚ ਗੱਲ ਦੱਸੀ ਹੈ, ਪਰ ਮੈਂ ਬਹੁਤ ਇਹਦੇ 'ਚ ਨਹੀਂ ਐਡ ਕਰ ਸਕਦਾ, ਪਰ ਕੁਛ ਚੀਜ਼ਾਂ ਮੈਨੂੰ ਜੋ ਇਹਦੇ 'ਚ ਸਮਝ ਆਉਂਦੀਆਂ ਜੀ। ਇਸ ਤਰ੍ਹਾਂ ਨਹੀਂ, ਵੇਖੋ ਵੀ ਗਵਰਨਮੈਂਟ ਨੇ ਸਿੰਪਲੀ ਜਿਹੜਾ ਐਕਟ ਲਿਆਂਦਾ CEA ਐਂਡ NRIC NRC, ਇੱਕ ਕਿਸਮ ਦੀ ਉਹ ਆਪਣੇ ਇੰਡੀਅਨ ਸਾਰੇ ਸਿਟੀਜ਼ਨ ਦੀ, ਜਿੰਨੇ ਉੱਥੇ ਲੋਕ ਰਹਿੰਦੇ ਆ, ਉਹਨਾਂ ਦੀ ਇੱਕ ਕਿਸਮ ਦੀ ਉਹ ਇਨਵੈਂਟਰੀ ਲੈਣਾ ਚਾਹੁੰਦੇ ਆ ਐਕਚੁਅਲੀ, ਜਿਹੜਾ ਬਿੱਲ ਆ ਵੀ ਕੌਣ ਕੌਣ ਹੈ, ਕਿੱਥੇ ਰਹਿੰਦਾ, ਕੀ ਹੈ ਜੀ। ਪਰ ਇਹ ਜਿਹੜੀ ਸਾਰੀ ਪ੍ਰੋਬਲਮ ਸ਼ੁਰੂ ਹੋਈ ਆ, ਇਹ ਮੈਂ ਤਾਂ ਇਹਨਾਂ ਨੂੰ 3-4 ਇਨਸਾਨਾਂ ਨੂੰ ਇਹਦਾ ਮੇਨ ਓਰੀਜਨ ਗਿਣਦਾ। ਇੱਕ ਤਾਂ ਜਿਹੜਾ RSS ਦਾ ਚੀਫ ਹੈ ਇਹਨਾਂ ਦਾ, ਮੋਹਨ ਭਗਵਤ, RS ਪਾਰਟੀ ਦੇ ਬਿਆਨ। ਫਿਰ ਆਪਣੇ ਯੂਨੀਅਨ ਹੋਮ ਮਿਨਿਸਟਰ ਜਿਹੜੇ ਹੈਗੇ ਹੈ ਅਮਿਤ ਸ਼ਾਹ ਔਰ ਨਰਿੰਦਰ ਮੋਦੀ, ਔਰ ਫਿਰ ਕੋਈ ਹੋਰ ਜਿਹੜੇ ਇੱਕੇ ਦੁੱਕੇ ਲੀਡਰ ਜਿਵੇਂ CM UP ਆਪਣਾ ਯੋਗੀ ਆਦਿੱਤਿਆ ਨਾਥ। ਸੋ ਇਹਨਾਂ ਨੇ ਕੀਤਾ ਕੀ ਹੈ ਜਿਹੜਾ ਨਹੀਂ ਹੋਣਾ ਚਾਹੀਦਾ, ਬਈ ਹੈਲੋ ਜੀ, ਤੁਸੀਂ ਆਨਰ ਹੋ, ਹਾਂਜੀ ਦੱਸੋ। ਹਾਂ, ਔਰ ਇਹ ਜਿਵੇਂ ਇਹਨਾਂ ਨੇ ਪ੍ਰੋਜੈਕਟ ਐਵੇਂ ਕਰ ਦਿੱਤਾ ਬਈ ਜਿਹੜਾ ਮੁਸਲਿਮ ਹੈ ਇੰਡੀਅਨ ਓਰੀਜਨ ਦਾ, ਬਈ ਉਹ ਇੱਕ ਬੜਾ ਐਂਟੀ ਨੈਸ਼ਨਲ ਹੈ, ਉਹ ਟੈਰਰਿਜ਼ਮ ਕਰਦਾ ਹੈ, ਉਹਨਾਂ ਦੀ ਜਿਹੜੀ ਸਾਰੀ ਟੋਟਲ ਸਿਮਤੀ ਹੈ ਉਹ ਪਾਕਿਸਤਾਨ ਨਾਲ ਹੈ। ਦੇਖੋ, ਇੰਡੀਆ ਇੱਕ ਹੋਰ ਚੀਜ਼ ਹੈ, ਪਾਕਿਸਤਾਨ ਇੱਕ ਸੈਪਰੇਟ ਕੰਟਰੀ ਹੈ। ਜਿਹੜੇ ਸਾਡੇ ਮੁਸਲਿਮ ਇੱਥੇ ਰਹਿੰਦੇ ਹੈ, ਜਿਹੜੇ ਹੁਣ ਉਹ ਵੀ 70 ਸਾਲ ਤੋਂ ਰਹਿ ਰਹੇ ਆ, ਜਿਵੇਂ ਮੈਂ ਵੀ ਉੱਥੇ 70 ਸਾਲ ਤੋਂ ਰਹਿ ਰਿਹਾ, ਹੋਰ ਲੋਕ ਵੀ ਰਹਿ ਰਹੇ ਆ ਉੱਥੇ। ਸੋ ਸਾਨੂੰ ਉਹਨਾਂ ਨੂੰ ਆਪਣੇ ਬਰਾਬਰ ਦੇ ਦਰਜੇ ਦੇ ਸਿਟੀਜ਼ਨ ਗਿਣਨਾ ਚਾਹੀਦਾ। ਅਗਰ ਉਹਨਾਂ ਵਿੱਚੋਂ ਕੋਈ ਭੰਨ ਤੋੜ ਕਰਨ ਵਾਲੇ ਹੈਗੇ ਹੈ, ਉਹ ਆਈਡੈਂਟੀਫਾਈ ਹੋਣੇ ਚਾਹੀਦੇ ਆ, ਉਹਨਾਂ ਨੂੰ ਕੋਈ ਨਾ ਕੋਈ ਜਿਹੜੀ ਹੈ ਉਹ ਸਜ਼ਾ ਬਣਦੀ ਦੇਣੀ ਚਾਹੀਦੀ। ਹੁਣ ਬਾਕੀ ਗੱਲ ਆਈ, ਤੁਸੀਂ ਦੱਸੀ ਗੱਲ ਵੀ ਪੁਲਿਸ ਦਾ ਕੀ ਰੋਲ ਜੀ। ਦੇਖੋ, ਹੁਣ ਉੱਥੇ 2 ਮਹੀਨੇ ਤੋਂ ਪੀਸਫੁਲ ਮੂਵਮੈਂਟ ਚੱਲ ਰਹੀ ਸੀ ਜੀ। ਸਟੂਡੈਂਟ ਵੀ ਸੀਗੇ, ਜਾਮੀ ਮਹਿਲੀਆ ਦੇ ਸਟੂਡੈਂਟ ਵੀ ਸੀਗੇ, ਹੋਰ ਉਹ ਲੇਡੀਜ਼ ਵੀ ਬੈਠੀਆਂ ਸੀ। ਹੋ ਸਕਦਾ ਉਹਦੇ 'ਚ ਜ਼ਿਆਦਾ ਮੁਸਲਿਮ ਲੋਕ ਬੈਠੇ ਹੋਣ, ਉਹਨਾਂ ਦੀ ਸਪੋਰਟ 'ਚ ਕੁਛ ਹਿੰਦੂ ਸਿੱਖ ਵੀ ਜਿੰਨੇ ਕੁ ਆਉਂਦੇ ਸੀ, ਉਹ ਵੀ ਉਹਨਾਂ ਨਾਲ ਬੈਠ ਕੇ ਚਲੇ ਜਾਂਦੇ ਸੀ। ਅੱਛਾ, ਜਿੰਨਾ ਚਿਰ ਪੀਸਫੁਲ ਗੱਲ ਰਹਿੰਦੀ ਹੈ, ਉਦੋਂ ਗੌਰਮੈਂਟ ਨੂੰ ਇਹੋ ਜਿਹੀ ਮੂਵਮੈਂਟ ਖਤਮ ਕਰਨੀ ਔਖੀ ਹੁੰਦੀ ਹੈ। ਹੁਣ ਮਹਾਤਮਾ ਗਾਂਧੀ ਕਰਦਾ ਰਿਹਾ ਅੰਗਰੇਜ਼ਾਂ ਦੇ ਅਗੇਂਸਟ, ਮੰਥ ਲਾਂਗ, ਈਅਰ ਲਾਂਗ ਪੀਸਫੁਲ ਡਿਮਾਸਟ੍ਰੇਸ਼ਨ ਚੱਲਦੀਆਂ ਰਹਿੰਦੀਆਂ ਸੀ, ਔਰ ਉਹ ਫਿਰ ਉਹਨਾਂ ਨੂੰ ਕੁਛ ਨਹੀਂ ਸੀ ਕਰ ਸਕਦੇ। ਇਹ ਹੁਣ ਜਿਹੜਾ ਗੌਰਮੈਂਟ ਦਾ ਰੋਲ ਹੈ ਉਹਨੂੰ ਖਤਮ ਕਰਨ ਵਾਸਤੇ, ਇਹ ਵਾਇਲੈਂਸ ਜਿਹੜੀ ਹੈ ਇਹ ਬਕਾਇਦਾ ਗੌਰਮੈਂਟ ਦੀ ਗਵਰਨਮੈਂਟ ਜਦੋਂ ਇੱਕ ਗੈਸਟ ਨੂੰ ਹੋਸਟ ਕਰੀ ਹੈ, ਉਹ ਵੀ ਇੰਨਾ ਪ੍ਰੋਮੀਨੈਂਟ ਗੈਸਟ, ਟਰੰਪ ਦੀ ਡੈਲੀਗੇਸ਼ਨ ਉੱਥੇ ਪਹੁੰਚੀ ਹੋਈ ਹੈ, ਉਹਦੇ ਨਾਲ ਸਾਰੀ ਫੋਰਨ ਮੀਡੀਆ ਪਹੁੰਚੀ ਹੋਈ ਹੈ, ਉਸ ਵੇਲੇ ਹੀ ਕਿਉਂ ਗਵਰਨਮੈਂਟ ਰਾਇਟਸ ਕਰੂਗੀ? ਉਹਨਾਂ ਦੀ ਤਾਂ ਰੈਪੂਟੇਸ਼ਨ 'ਤੇ ਉਹ ਧੱਬਾ ਲੱਗਦਾ ਕਿ ਤੁਸੀਂ ਇੱਕ ਤਰਫ ਤਾਂ ਗੈਸਟ ਨੂੰ ਹੋਸਟ ਕਰ ਰਹੇ ਹੋ, ਫੋਰਨ ਪ੍ਰੈਸ ਤੁਹਾਡੀ ਕੰਟਰੀ ਆਈ ਹੋਈ, ਦੂਜੀ ਤਰਫ ਇੰਨੇ ਮਾੜੇ ਰਾਇਟਸ, ਇੰਨਾ ਜ਼ਿਆਦਾ ਵਾਇਲੈਂਸ ਹੋ ਰਿਹਾ ਤੁਹਾਡੇ ਕੈਪੀਟਲ ਸਿਟੀ ਵਿੱਚ, ਵਾਈ ਵੁੱਡ ਦੇ ਵਾਂਟ ਟੂ ਡੂ ਦੈਟ? ਹਾਂਜੀ, ਉਹ ਮੈਂ ਉਹਦਾ ਇਸ ਤਰ੍ਹਾਂ ਦੱਸਦਾ ਤੁਹਾਨੂੰ ਵੀ ਇਹ ਜਿਹੜੀ ਉੱਥੇ ਗੱਲਬਾਤ ਤਾਂ 2 ਮਹੀਨੇ ਤੋਂ ਚੱਲ ਰਹੀ ਹੈ ਉੱਥੇ, ਔਰ ਟਰੰਪ ਸਾਹਿਬ ਦੀ ਵਿਜ਼ਿਟ ਦਾ ਵੀ ਪਤਾ ਹੈ, ਕੋਈ ਇੱਕਦਮ ਤਾਂ ਨਹੀਂ ਅਨਾਊਂਸ ਹੋਈ।
ਉਹਦੇ ਵਾਸਤੇ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਜਾ ਕੇ ਪੈਸੀਫਾਈ ਨਹੀਂ ਕਰਦੇ, ਉਹਨਾਂ ਦੀ ਤੁਸੀਂ ਗੱਲ ਨਹੀਂ ਸੁਣਦੇ ਜੀ, ਬਾਕੀ ਠੀਕ ਹੈ ਕਿ ਜਿਹੜੇ ਉਹ ਲੋਕ ਵੀ ਹੋਣਗੇ ਉਹ ਵੀ ਸਮਝਦਾ ਵੀ ਸਾਡਾ ਇੱਕ ਮੌਕਾ, ਅਸੀਂ ਇਹੋ ਜਿਹਾ ਕੁਛ ਕੰਮ ਕਰੀਏ ਜਿਹਦੇ ਨਾਲ ਸਾਡੀ ਇੰਟਰਨੈਸ਼ਨਲ ਜਿਹੜਾ ਐਕਸਪੋਜ਼ਰ ਹੋ ਜਾਏ। ਪਰ ਜਿੱਥੋਂ ਗਵਰਨਮੈਂਟ ਪ੍ਰੈਜ਼ੈਂਟ, ਕੋਈ ਵੀ ਗਵਰਨਮੈਂਟ ਹੋਵੇ, ABC, ਆਈ ਡੋਂਟ ਕੇਅਰ ਪਾਰਟੀ ਕਿਹੜੀ ਹੈ ਕਿਹੜੀ ਹੈ, ਇਹਨਾਂ ਲੀਡਰਸ ਨੂੰ ਉਹਨਾਂ ਕੋਲ ਜਾ ਕੇ ਉਹਨਾਂ ਨਾਲ ਕੋਈ ਵਾਰਤਾਲਾਪ ਕਰਨਾ ਚਾਹੀਦਾ, ਉਹਨਾਂ ਨਾਲ ਡਿਸਕਸ ਕਰਨਾ ਚਾਹੀਦਾ। ਹੁਣ ਉੱਥੇ ਡੰਡੇ ਦਾ ਕੰਮ ਹੈ, ਉਹ 302 MPs ਨੇ ਜਿਹੜੀ ਚੀਜ਼ ਬਣਾਤੀ, ਅਦਰਵਾਈਜ਼ ਗੋ ਟੂ ਯੂਅਰ ਕਾਂਸਟੀਚੁਐਂਸੀ, ਤੁਹਾਡੀ ਕਾਂਸਟੀਚੁਐਂਸੀ 'ਚ ਹਰ ਤਰ੍ਹਾਂ ਦੇ ਵੋਟ ਹੈ, ਅਗਰ ਇੱਕ ਰਿਲੀਜਨ ਦੇ ਜ਼ਿਆਦਾ ਹੈ ਦੂਜੇ ਦੇ ਘੱਟ ਹੈ ਦੂਜੇ ਦੇ, ਬਿਕਾਜ਼ ਦੈਟਸ ਦਾ ਬਿਊਟੀ ਆਫ ਇੰਡੀਆ। ਪਰ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਦੇ, ਉੱਥੇ ਉਹਨੂੰ ਪਾਸ ਕਰ ਦਿੰਦੇ ਆ, ਮੁੜ ਕੇ ਠੋਕ ਦਿੰਦੇ ਆ। ਜੀ ਜੀ, ਥੈਂਕ ਯੂ ਬਾਜਵਾ ਜੀ ਤੁਹਾਡੀ ਕਾਲ ਲਈ ਅਤੇ ਤੁਹਾਡੇ ਵਿਚਾਰ ਸੁਣਨ ਨੂੰ ਸਾਨੂੰ ਮਿਲਣ। ਕਾਲਰ ਸਾਡੇ ਨਾਲ ਹੋਰ ਜੁੜ ਚੁੱਕੇ, ਤੁਸੀਂ ਔਨ ਏਅਰ ਹੋ, ਸਤਿ ਸ਼੍ਰੀ ਅਕਾਲ। ਜੀ ਹਾਂਜੀ, ਕੌਣ ਬੋਲ ਰਹੇ ਹੋ? ਮੈਂ ਇਹਦੇ ਮੁੱਦੇ ਤੇ ਗੱਲ ਕਰਾਂਗਾ ਜੀ। ਹਾਂਜੀ, ਤੁਸੀਂ ਲਾਈਵ ਹੋ ਮੁੱਦੇ ਤੇ, ਦੱਸੋ। ਠੀਕ ਹੈ ਜੀ, ਮੈਂ ਇਹ ਗੱਲ ਕਰਾਂਗਾ ਕਿ ਇਹ ਪ੍ਰੋਟੈਸਟ ਜਿਹੜਾ ਚੱਲ ਰਿਹਾ ਸੀ ਇਹ ਤਾਂ 2 ਮਹੀਨੇ ਤੋਂ ਚੱਲ ਰਿਹਾ ਹੈ ਜੀ। ਮੈਂ ਮੇਰੀ ਨਜ਼ਰ ਬਣੀ ਹੋਈ ਹੈ ਇਸ ਮੁੱਦੇ ਤੇ ਬੜੇ ਚਿਰ ਤੋਂ ਜੀ, ਤੇ ਮੈਂ ਦਿੱਲੀ ਦੇ ਜਿਵੇਂ ਵਿਚਾਰ ਹੈ ਉਹ ਵੀ ਸੁਣੇ। ਸਭ ਨੇ ਇਹੀ ਕਿਹਾ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਕਿ ਜਿਹੜੀਆਂ ਜਿਹੜੀਆਂ ਮੰਗਾਂ ਨੇ ਸਾਡੀਆਂ ਸਾਡੀਆਂ ਆ ਕੇ ਕੋਈ ਲੀਡਰ ਸੁਣੇ, ਚਾਹੇ ਅਮਿਤ ਸ਼ਾਹ ਜੀ ਆ ਕੇ ਸੁਣਨ ਤੇ ਚਾਹੇ ਮੋਦੀ ਜੀ ਆਪ ਆ ਕੇ ਸੁਣਨ, ਤਾਂ ਫਰਜ਼ ਵੀ ਬਣਦਾ ਸੀ ਜੀ। ਜਿਹੜਾ ਕਿ ਸਾਡੇ ਅਮਿਤ ਸ਼ਾਹ ਜੀ ਨੂੰ ਕੋਈ ਅਸਰ ਨਹੀਂ ਸਮਝਿਆ ਆਪਣੇ ਕੰਮ ਤੇ, ਜੁਣੀ ਨਹੀਂ ਸਕਤੀ ਜੀ ਨੇ ਜੀ ਜੀ ਜੀ, ਤੇ ਉਹਨਾਂ ਨੂੰ ਜਾ ਕੇ ਜਿਵੇਂ ਅਸੀਂ ਵੋਟਾਂ ਮੰਗਣ ਵਾਸਤੇ ਜਾ ਸਕਦੇ ਹਾਂ ਜੀ, ਤੇ ਸਾਡਾ ਫਰਜ਼ ਬਣਦਾ ਹੈ ਕਿ ਪਬਲਿਕ ਵਾਸਤੇ ਅਸੀਂ ਅਧਿਕਾਰ ਬਣਾ ਰਹੇ ਹਾਂ, ਕਾਨੂੰਨ ਬਣਾ ਰਹੇ ਹਾਂ ਜੀ, ਉਸ ਕਾਨੂੰਨ ਦਾ ਵੇਰਵੇ ਨੂੰ ਪੂਰੀ ਡਿਟੇਲ ਨਾਲ ਪਬਲਿਕ ਦੇ ਅੱਗੇ ਰੱਖਿਆ ਜਾਵੇ ਜੀ। ਉਹ ਇੱਕ ਤਾਂ ਉੱਥੇ ਲੇਡੀਜ਼ ਸੀਗੀਆਂ 1000 ਜੀ, they have to tell in detail to everyone that we are doing this not for you only ji, ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਪਬਲਿਕ ਦੇ ਨੌਲੇਜ ਵਿੱਚ ਲਿਆਉਣੀਆਂ ਜ਼ਰੂਰੀ ਸੀ। ਦੂਸਰਾ ਬੰਦਾ ਇਹ ਹੈ ਕਿ ਕਪਿਲ ਮਿਸ਼ਰਾ ਜੀ ਜੀ, ਉਹਨਾਂ ਦਾ ਐਟ ਦਾ ਨਿਕ ਆਫ ਦਾ ਟਾਈਮ ਉਹਨਾਂ ਦਾ ਰੋਲ ਬਹੁਤ ਵੱਡਾ ਰਿਹਾ ਹੈ ਇਸ ਦੰਗੇ ਨੂੰ ਹਵਾ ਦੇਣ ਵਾਸਤੇ ਜੀ। ਇੱਕ ਤਾਂ ਉਹ ਆਪ ਪਾਰਟੀ ਛੱਡ ਕੇ ਉਹ ਨਵੇਂ ਨਵੇਂ ਗਏ ਨੇ ਬੀਜੇਪੀ ਵਿੱਚ ਜੀ, ਬੀਜੇਪੀ ਨੇ ਉਹਨਾਂ ਨੂੰ ਆਪਣਾ ਠੀਕ ਹੈ ਉਹ ਦਿੱਤਾ ਜੋ ਉਹਨਾਂ ਦਾ ਫਰਜ਼ ਬਣਦਾ ਸੀ ਜੀ, ਬਟ ਕਪਿਲ ਮਿਸ਼ਰਾ ਜੀ ਨੇ ਉਹਦਾ ਜ਼ਿਆਦਾ ਹੀ ਆਪਣੇ ਵਿੱਚ ਪਬਲਿਕ ਦਾ ਜਿਵੇਂ ਇੱਕ ਜੋਸ਼ ਦਿਖਾਉਣਾ ਹੋਵੇ ਤੇ ਜਿਵੇਂ ਇਹ ਦੱਸਣਾ ਹੋਵੇ ਕਿ ਆਈ ਐਮ ਦਾ ਲੀਡਰ ਆਫ ਦਿਸ ਪਾਰਟੀ ਜੀ, ਤੇ ਜੇ ਆਪਨੇ ਮੈਨੂੰ ਛੱਡਿਆ ਤੇ ਆਪ ਇਸ ਵੇਲੇ ਸਮਰੋਹ ਸਰਕਾਰ ਇਸ ਵੇਲੇ ਪਾਰਟੀ ਹੈ ਜੀ, ਆਪਣਾ ਮਤਲਬ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ। ਉਸ ਏਰੀਏ ਤੋਂ ਉਹ ਵਿਧਾਨ ਸਭਾ ਦਾ ਮੈਂਬਰ ਵੀ ਬਣਨ ਦਾ ਹੱਕਦਾਰ ਸੀ ਜੀ, ਬਣਨ ਦਾ ਹੱਕਦਾਰ ਸੀ, ਉਹ ਪਬਲਿਕ ਹੀ ਨਹੀਂ ਸੀ ਉਹਦੇ ਪਿੱਛੇ ਹਾਂਜੀ, ਜਦ ਉਹ ਆਪ ਵਿੱਚ ਨਹੀਂ ਰਿਹਾ ਤੇ ਆਪਦੀ ਤੇ ਗਵਰਨਮੈਂਟ ਬਣੀ ਉੱਥੇ, ਤੇ ਗਵਰਨਮੈਂਟ ਦੇ ਵਿੱਚ ਉਹਦਾ ਹੈ ਹੀ ਨੀ ਕੋਈ ਹੱਥ, ਤੇ ਉਹਨੇ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਈ ਐਮ ਦਾ ਹੋਲੀ ਸੋਲੀ ਹੈ, ਆਈ ਐਮ ਦਾ ਇੰਚਾਰਜ ਆਫ ਦਿਸ ਏਰੀਆ। ਉਹਨੇ 3 ਦਿਨ ਉਹਨੇ ਇਹ ਗੱਲ ਕਹੀ ਵੀ ਹੈ ਇੱਕ ਵਾਰਨਿੰਗ ਦੇ ਤੌਰ ਤੇ, ਉਹਨੇ ਕਿਹਾ ਸੀ ਕਿ ਮੈਂ ਜੇ 3 ਦਿਨਾਂ ਦੇ ਵਿੱਚ ਇਹ ਜੇ ਇੱਥੋਂ ਨਾ ਸਾਫ਼ ਕੀਤਾ ਗਿਆ ਸਾਰਾ ਇਹਦੇ ਪ੍ਰੋਟੈਸਟ ਚੱਲ ਰਿਹਾ, ਇਹ ਅਗਰ ਇਹਨਾਂ ਨੇ ਨਹੀਂ ਇੱਥੋਂ ਸਾਫ਼ ਸਫ਼ਾਈ ਕੀਤੀ ਕਪਿਲ ਮਿਸ਼ਰਾ ਨੇ ਇਸ ਵੀਕਐਂਡ ਹੀ ਕਿਉਂ ਦਿੱਤੀ ਕਿ ਜਦੋਂ ਪੀਸਫੁਲ ਪ੍ਰੋਟੈਸਟ ਇੰਨੇ ਮਹੀਨਿਆਂ ਤੋਂ ਇੰਨੇ ਹਫ਼ਤਿਆਂ ਤੋਂ ਚੱਲ ਰਹੇ ਸੀ ਕਿ ਸਿਰਫ ਇਸ ਵੀਕਐਂਡ ਖਾਲੀ ਉਹਨਾਂ ਨੇ ਇਹ ਸਟੇਟਮੈਂਟ ਕਿਉਂ ਦਿੱਤੀ? ਤੇ ਮੈਂ ਜ਼ਿੰਮੇਵਾਰ ਕਪਿਲ ਮਿਸ਼ਰਾ ਨੂੰ ਸਮਝਾਉਣਾ ਸਮਝਦਾ ਕਿ ਇਸ ਬੰਦੇ ਨੇ ਇਸ ਨੂੰ ਇਸ ਪ੍ਰੋਟੈਸਟ ਨੂੰ ਹਵਾ ਕਰ ਦਿੱਤੀ, ਇਹਨੇ ਆਪਣੇ ਬੰਦੇ ਆਪਣੇ ਉੱਥੇ ਪਹਿਲਾਂ ਬਾਹਰ ਦਿੱਤੇ ਸੀ, ਉੱਥੇ ਬੰਦੇ ਵਿਆੜ ਤੱਕ ਪਹੁੰਚਾਤੇ ਸੀ ਜਿਹੜੇ ਕਿ ਬੰਦੇ ਅਗਰਸਰ ਸੀਗੇ ਇਸ ਕੰਮ ਵਾਸਤੇ, ਪੈਟਰੋਲ ਪੰਪ ਨੂੰ ਉਹਨਾਂ ਨੇ ਅੱਗ ਲਾਈ ਪਹਿਲਾਂ, ਟਾਇਰਾਂ ਦੀਆਂ ਦੁਕਾਨਾਂ ਨੂੰ ਉਹਨਾਂ ਨੇ ਅੱਗ ਲਾਈ ਪਹਿਲਾਂ,
ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੱਦਾਂ ਦੇ ਐਕਟਿਵ ਲੀਡਰ ਜਿਹੜੇ ਨੇ ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ ਨਿਊਯਾਰਕ ਤੋਂ। ਹਾਂਜੀ ਦੱਸੋ ਪ੍ਰੇਮਪੁਰਾ ਜੀ ਕੀ ਤੁਹਾਡੇ ਵਿਚਾਰ ਹਨ ਇਸ ਮੁੱਦੇ ਤੇ? ਵਿਚਾਰ ਇਹ ਜੋ ਹੋ ਰਿਹਾ ਇੰਡੀਆ ਵਾਸਤੇ ਬਹੁਤ ਮਾੜਾ ਹੋ ਰਿਹਾ, ਸਾਰੇ ਇੰਡੀਆ ਦਾ ਨਾਮ ਬਦਨਾਮ ਹੁੰਦਾ ਜੀ। ਔਰ ਦੂਸਰਾ ਇਹ ਕਪਿਲ ਮਿਸ਼ਰਾ ਦੀ ਦੇਣ ਹੈ ਜੀ, ਉਹ 2-2.5 ਮਹੀਨੇ ਤੋਂ ਬੜਾ ਪੀਸਫੁਲ ਚੱਲ ਰਿਹਾ ਸੀ, ਟਰੰਪ ਦਾ ਵਿਜਿਟ ਵੀ ਲੰਘ ਜਾਣਾ ਸੀ, ਉਹ ਕੋਈ ਹੀਰੋ ਬਣਨ ਦੇ ਚੱਕਰ ਚ ਉੱਥੇ ਪੁਲਿਸ ਨਹੀਂ ਗਈ, ਕੋਈ ਗੌਰਮੈਂਟ ਦਾ ਨੁਮਾਇੰਦਾ ਨਹੀਂ ਗਿਆ, ਇਹ ਉੱਥੇ ਨਾਲ ਆਪਣੇ ਬੰਦੇ ਲੈ ਕੇ ਗਿਆ, ਉਹਨੇ ਬਰਾਬਰ ਅਸੀਂ ਹੱਕ ਚ ਬੋਲਣਾ, ਉਹ ਵਿਰੋਧ ਚ ਨੇ, ਇਹ ਕੀਤਾ ਤੇ ਉਹਨੇ ਆਪਣੇ ਆਪ ਨੂੰ ਹੀਰੋ ਬਣਨ ਵਾਸਤੇ, ਪਰ ਉਹ ਦਿੱਲੀ ਨੂੰ ਅੱਗ ਲੱਗ ਗਈ, ਉਹ ਸਾਨੂੰ ਤੇ ਉਹ ਜਿਵੇਂ 84 ਸਾਹਮਣੇ ਦਿਸੀ ਹੈ, 84 ਦੁਬਾਰਾ ਇਹਨਾਂ ਦਿੱਲੀ ਦੇ ਵਿੱਚ ਸ਼ੋਅ ਕਰਦਾ ਘੱਟ ਗਿਣਤੀਆਂ ਨੂੰ ਦਬਾਉਣ ਵਾਸਤੇ। ਇਹ ਕਾਨੂੰਨ ਬੜਾ ਸਿੰਪਲ ਜਿਹਾ ਹੈ, ਇਹ ਸਮਝਾਉਣੇ ਚ ਨਾਕਾਮ ਨੇ, ਇਹ ਸਾਰੇ ਮੁਸਲਿਮ ਨੂੰ ਸੈਟੀਸਫਾਈ ਕਰਾਉਂਦੇ ਵੀ ਕਿਸੇ ਨੂੰ ਨੀ ਕੱਢਿਆ ਜਾਏਗਾ, ਜੋ ਕ੍ਰਿਮੀਨਲ ਹੈ ਉਹ ਚਾਹੇ ਸਿੱਖ ਹੈ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਉਹ ਉਹਨੂੰ ਕੱਢਿਆ ਜਾਏਗਾ ਜੀ ਜੀ ਜੀ। ਗਵਰਨਮੈਂਟ ਨੂੰ ਸ਼ਾਇਦ ਇੰਨਾ ਨਹੀਂ ਲੱਗਿਆ ਕਿ ਇਸ ਲਾਅ ਦੇ ਨਾਲ ਇੰਨੀ ਜ਼ਿਆਦਾ ਪ੍ਰੋਟੈਸਟ ਜਾਂ ਇੰਨੀ ਜ਼ਿਆਦਾ ਵਿਰੋਧ ਹੋਏਗੀ। ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ, ਗੱਲ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ, ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਰੱਖ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਅੱਜ ਦਾ ਮੁੱਦਾ, ਤੇ ਗੱਲ ਹੋ ਰਹੀ ਹੈ ਉਸ ਖਬਰ ਦੀ ਜਿਹਨੇ ਅੱਜ ਦੇ ਦਿਨ ਵਿੱਚ ਇੰਡੀਆ ਨੂੰ ਇੰਟਰਨੈਸ਼ਨਲ ਮੀਡੀਆ ਵਿੱਚ ਹੈਡਲਾਈਨ ਬਣਾ ਛੱਡਿਆ, ਬਟ ਇੱਕ ਬਹੁਤ ਹੀ ਨੈਗੇਟਿਵ ਰੀਜ਼ਨ ਲਈ, ਜੋ ਕਿ ਦਿੱਲੀ ਰਾਇਟਸ ਇਸ ਵੇਲੇ ਹੋ ਰਹੇ ਹਨ। ਕਾਲਰ ਸਾਹਿਬ ਨਾਲ ਜੁੜ ਚੁੱਕੇ, ਸੁਣਦੇ ਹਾਂ ਉਹਨਾਂ ਦੇ ਵਿਚਾਰ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਦਰਸ਼ਨ ਬੋਲਦਾ ਜੀ ਲੋਸ ਐਂਜਲਸ ਤੋਂ ਜੀ। ਦੱਸੋ ਦਰਸ਼ਨ ਜੀ, ਗੱਲ ਇਹ ਹੈ ਵੀ ਜਦੋਂ ਹਰ ਸ਼ਾਖ ਤੇ ਉੱਲੂ ਬੈਠਾ ਹੈ ਇਲਜ਼ਾਮੇ ਗੁਲਸਤਾ ਕਿਆ ਹੋਗਾ, ਇੱਕ ਬਹੁਤ ਵਧੀਆ ਸ਼ੇਅਰ ਹੈ ਸ਼ੇਰੋ ਸ਼ਾਇਰੀ ਦਾ, ਪਰ ਇਹਦੇ ਵਿੱਚ ਇਹ ਗੱਲ ਸਮਝ ਆਉਂਦੀ ਹੈ ਵੀ ਅਮਨ ਸ਼ਾਹ ਜਿਹੜਾ ਉੱਥੋਂ ਦਾ ਗ੍ਰਹਿ ਮੰਤਰੀ ਹੈ ਜਿਹਦੇ ਅਧੀਨ ਪੁਲਿਸ ਆਉਂਦੀ ਹੈ ਦਿੱਲੀ ਦੀ, ਉਸ ਬੰਦੇ ਨੇ ਖੁਦ ਕਿਹਾ ਵੀ ਬਟਨ ਇੰਨੀ ਜ਼ੋਰ ਨਾਲ ਦਬਾਓ ਇਹਦਾ ਕਰੰਟ ਸ਼ਹਿਨ ਬਾਗ ਬਾਗ ਦੇ ਵਿੱਚ ਲੱਗੇ, ਹੈ ਜੀ, ਜਦੋਂ ਵੋਟਾਂ ਹੋ ਰਹੀਆਂ ਸੀ, ਤੇ ਜਦੋਂ ਜਦੋਂ ਸਾਡਾ ਮਾਲੀ ਜਿਹੜਾ ਬਾਗ ਨੂੰ ਉਜਾੜਨ ਲੱਗ ਜੇ ਤਾਂ ਉਹ ਕਪਿਲ ਮਿਸ਼ਰੇ ਵਰਗਿਆਂ ਦਾ ਕੀ, ਉਹ ਕਪਿਲ ਮਿਸ਼ਰੇ ਦੀ ਕੋਈ ਤਾਕਤ ਨਹੀਂ ਹੈ, ਉਹ ਕੱਲਾ ਆ ਜਾਵੇ, ਇਹ ਸਾਰੀ ਸ਼ਰਾਰਤ ਜਿਹੜੀ ਬੀਜੇਪੀ ਦੀ ਪੂਰੀ ਲੀਡਰਸ਼ਿਪ ਦੀ ਹੈ, ਕਿਉਂਕਿ ਇਹਦੇ ਵਿੱਚ ਕਾਰਨ ਇਹ ਹੈ ਉਹ ਦਿਖਾਉਣਾ ਚਾਹੁੰਦੇ ਸੀ ਮੈਂ ਸਮਝਦਾ ਟਰੰਪ ਨੂੰ ਬਈ ਭਾਈ ਅਸੀਂ ਇਹਨਾਂ ਨੂੰ ਕੁਛ ਨੀ ਕਹਿੰਦੇ, ਇਹ ਅੱਗਾ ਅੱਗਾ ਜਿਹੜੇ ਬੈਠੇ ਆ ਸੀਆਈਏ ਦੇ ਖਿਲਾਫ ਉਹ ਲਾਉਂਦੇ ਆ, ਉਹ ਇਹੋ ਜਿਹੇ ਵਾਇਲੇਸ਼ਨ ਕਰਦੇ ਆ, ਤੇ ਜਾਣੀ ਜੀ ਉਹ ਵਿਚਾਰਾ 2 ਮਹੀਨੇ ਤੋਂ 70 ਦਿਨ ਤੋਂ ਉਹਨਾਂ ਦਾ ਪੁਰ ਅਮਨ ਪ੍ਰੋਟੈਸਟ ਕਰ ਰਿਹਾ, ਲੇਡੀਜ਼ ਦਾ ਬੈਠੀਆਂ ਔਰ ਹਰ ਕਮਿਊਨਿਟੀ ਬੈਠੀ ਆ ਉਹਨਾਂ ਦੀ ਮਦਦ ਲਈ, ਇਸ ਲਈ ਹਿੰਦੁਸਤਾਨ ਨੂੰ ਅੱਗ ਲਾਉਣ ਲਈ, ਤਾਂ ਕਿ ਕੱਲ ਨੂੰ ਮੋਦੀ ਉਹਨਾਂ ਦੇ ਤਸ਼ੱਦਦ ਕਰੇ ਤਾਂ ਟਰੰਪ ਹੋਣੀ ਕਹਿ ਦੇਣ ਬਈ ਜਦੋਂ ਮੈਂ ਗਿਆ ਸੀ ਉਦੋਂ ਵੀ ਤਾਂ ਉਹਨਾਂ ਨੇ ਆਹ ਰਾਈਡ ਕੀਤੇ ਸੀ, ਇਹ ਉਹਨਾਂ ਦੇ ਸੀਆਈਏ ਦੇ ਖਿਲਾਫ ਜਿਹੜੇ ਲੋਕ ਲੜਾਈ ਲੜਦੇ ਆ ਨਾ ਉਹਨਾਂ ਦੇ ਗਲ ਪਾਉਣ ਲਈ ਇਹ ਸਾਰਾ ਡਰਾਮਾ ਕੀਤਾ ਗਿਆ ਬੀਜੇਪੀ ਦੀ, ਇਹ ਇਕੱਲਾ ਕੰਮ ਕਪਿਲ ਮਿਸ਼ਰਾ ਨਹੀਂ ਹੈ, ਇਹ ਸਾਰੀ ਲੀਡਰਸ਼ਿਪ ਦੇ ਵਿੱਚ ਆਈ ਹੋਈ। ਇਸ ਕਰਕੇ ਮੈਂ ਸਮਝਦਾ ਸਾਨੂੰ ਜਿੰਨੇ ਅਸੀਂ ਡੈਮੋਕ੍ਰੇਸੀ ਨੂੰ ਪਿਆਰ ਕਰਨ ਵਾਲੇ ਬੰਦੇ ਹਾਂ ਸਾਨੂੰ ਪੂਰੀ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ, ਖੁੱਲ ਕੇ ਕਰਨੀ ਚਾਹੀਦੀ ਹੈ, ਨਿਊਯਾਰਕ ਟਾਈਮਸ ਹੋਏ, ਬੀਬੀਸੀ ਹੋਏ, ਉਹਦੇ ਚ ਇਸ ਤਰ੍ਹਾਂ ਦੀ ਹੈਡਲਾਈਨਸ ਇੰਡੀਆ ਬਾਰੇ ਲਿਖੀ ਜਾ ਰਹੀ ਹੈ, ਉਹਨਾਂ ਨੂੰ ਕੋਈ ਕਦਰ ਨਹੀਂ ਹੈਗੀ? ਹਾਂਜੀ ਉਹਦੀ ਗੱਲ ਸੁਣੋ, ਉਹ ਕਿਉਂ ਕਰਦੀ ਹੈ ਉਹਦੇ ਗੱਲ, ਕੱਲ ਨੂੰ ਇਹਨਾਂ ਨੇ ਜਿਹੜੀ ਉਹ ਸੀਏਟੀ ਮੂਵਮੈਂਟ ਕਹਿੰਦੀ ਉਹ ਤਸ਼ੱਦਦ ਕਰਨਾ ਹੈ ਉਹਨੂੰ ਕਰਨ ਲਈ ਨਾ ਬਈ ਮੈਂ ਤਸ਼ੱਦਦ ਠੀਕ ਕਰ ਰਿਹਾ,
ਇਹ ਮੋਦੀ ਉਹਨੂੰ ਦਿਖਾਉਣ ਲਈ ਕੀਤਾ ਗਿਆ ਮੈਂ ਸਮਝਦਾ ਬਈ ਇਹ ਤਾਂ ਕਿ ਕੱਲ ਤੂੰ ਕੱਲ ਨੂੰ ਜੇ ਟਰੰਪ ਨੀ ਬੋਲਣ ਭਾਈ ਤੁਸੀਂ ਸ਼ਬਦ ਕਿਉਂ ਕਰਦੇ ਹੋ ਜਾਂ ਉਹਨਾਂ ਨੂੰ ਕਿਉਂ ਕੁੱਟਦੇ ਮਾਰਦੇ ਹੋ ਜਿਹੜੇ ਬੈਠੇ ਸੀ ਏ ਦੇ ਖਿਲਾਫ਼ ਇਹ ਉਹ ਤਾਂ ਕਿ ਦੱਸ ਸਕੇ ਵੀ ਤੁਹਾਡੇ ਹੁੰਦਿਆਂ ਵੀ ਭਾਈ ਇਹ ਆਹ ਕੁਛ ਹੋਇਆ ਸੀਗਾ ਇਸ ਲਈ ਉਹਨੂੰ ਜਸਟੀਫਾਈ ਕਰਨ ਲਈ ਆਪਣੇ ਸ਼ਬਦ ਨੂੰ ਜਿਵੇਂ ਕਿ ਕਦੇ ਨੀ ਵੀ ਕੀਤਾ ਇਰਾਕ ਦੇ ਵਿੱਚ ਕੀਤਾ ਜਸਟੀਫਾਈ ਪਹਿਲਾਂ ਉਹਦੀਆਂ ਤਲਾਸ਼ੀਆਂ ਲਈਆਂ ਸਭ ਦੀਆਂ ਆਪਣੀਆਂ ਇਸ ਕਰਕੇ ਇਹ ਸਹੀ ਜਿਹੜੀਆਂ ਪਾਰਟੀਆਂ ਕਰਦੀਆਂ ਆਪਣੇ 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 ਤਸ਼ੱਦਦ ਨੂੰ ਆਪਣੇ ਰਿਪਰੈਸ਼ਨ ਨੂੰ ਜਸਟੀਫਾਈ ਕਰਨ ਲਈ ਇਸੇ ਡਰਾਮੇ ਕਰਦੀਆਂ ਇਹ ਖੁਦ ਕੀਤਾ ਬੀਜੇਪੀ ਦਾ ਚਾਹੇ ਨਿਊਯਾਰਕ ਛੱਡਿਆ ਕਿ ਕਿਹੜੇ ਮਰਜ਼ੀ ਅਖਬਾਰਾਂ ਜਾ ਜਾਵੇ ਇਹ ਇੰਡੀਆ ਦੀ ਬਦਨਾਮੀ ਹੁੰਦੀ ਹੋਊਗੀ ਇਹ ਬੀਜੇਪੀ ਵਾਲਿਆਂ ਦੀ ਬਦਨਾਮੀ ਕੋਈ ਨੀ ਹੁੰਦੀ ਹੈ ਉਹਨਾਂ ਨੇ ਕੱਲ ਨੂੰ ਤੁਸੀਂ ਮੇਰੀ ਗੱਲ ਨੂੰ ਯਾਦ ਰੱਖਿਓ ਅੱਜ ਹੋਰ ਚਾਰ ਦਿਨਾਂ ਨੂੰ ਉਹਨਾਂ ਦੇ ਤਸ਼ੱਦਦ ਕਰਨਗੇ ਜਿਹੜੇ ਬੈਠੇ ਸ਼ਹਿਨਬਾਦ ਦੇ ਵਿੱਚ ਉਹਨਾਂ ਨੂੰ ਉਠਾਉਣਗੇ ਜੀ ਜੀ ਥੈਂਕ ਯੂ ਸੋ ਮਚ ਤੁਹਾਡੇ ਵਿਚਾਰ ਲਈ ਇੱਥੇ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਤੁਸੀਂ ਵੀ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਵਾਗਤ ਹੈ ਕਾਲਰ ਸਾਡੇ ਨਾਲ ਜੁੜ ਚੁੱਕਿਆ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਤੁਹਾਡੇ ਕੋਲ 30 ਸੈਕਿੰਡ ਹੈਗੇ ਪਲੀਜ਼ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸ਼ਮੀਤਾ ਜੀ ਮੈਂ ਹਰਦੇਵ ਸਿੰਘ ਬੋਲ ਰਿਹਾ ਨਿਊਯਾਰਕ ਤੋਂ ਟਾਈਮ ਬੜਾ ਥੋੜਾ ਤੁਸੀਂ ਦਿੱਤਾ ਇਹ ਜਿਹੜੀ ਮੋਦੀ ਸਾਹਿਬ ਗਏ ਸੀਗੇ ਇੰਡੀਆ ਸੋਰੀ ਟਰੰਪ ਜੀ ਗਏ ਸੀ ਇੰਡੀਆ ਸਾਡਾ ਅਮਰੀਕਨ ਪ੍ਰੈਜ਼ੀਡੈਂਟ ਤੇ ਉੱਥੇ ਜਿਹੜੀਆਂ ਇੰਸੀਡੈਂਟਸ ਹੋਈਆਂ ਨੇ ਉਹ ਮੰਦਭਾਗੀਆਂ ਨੇ ਪਰ ਦੇਖੋ ਇਹ ਜਿਹੜਾ ਤੁਸੀਂ ਪਹਿਲਾਂ ਕੀਤਾ ਨਾ ਸ਼ੁਰੂ ਪਈ ਇਹ ਸਾਰੇ ਫੋਰਨ ਮੀਡੀਆ 'ਚ ਯੂਕੇ ਦੇ 'ਚ ਅਮੈਰੀਕਾ ਨਿਊਯਾਰਕ ਟਾਈਮਸ ਨੇ ਫੁੱਲ ਪੇਜ ਦਿੱਤਾ ਸੀ ਅੱਜ ਇਸ ਈਵੈਂਟ ਬਾਰੇ ਬਟ ਆਈ ਵੁੱਡ ਸੇ ਇੰਡੀਆ ਗਵਰਨਮੈਂਟ ਡੋਂਟ ਕੇਅਰ ਅਬਾਊਟ ਦੈਟ ਹੁਣ ਜਦੋਂ ਉਹਨਾਂ ਨੇ ਟਰੰਪ ਨੂੰ ਆਪਣਾ ਫਰੈਂਡ ਬਣਾ ਲਿਆ ਚੋ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਇੱਕ ਲਾਈਨ ਟਾਈਮ ਬਹੁਤ ਥੋੜਾ ਉਹਨਾਂ ਦੇ ਬਾਰੇ ਦੱਸ ਰਹੇ ਨੇ ਕਿ ਬ੍ਰੈਸ਼ ਫਿਗਰਸ ਲੀਡਿੰਗ ਦੇ ਕੰਟਰੀਜ਼ ਟੂ ਬ੍ਰਾਈਟ ਨਿਊ ਫੀਚਰਸ ਈਵਨ ਐਸ ਕ੍ਰਿਟਿਕਸ ਕਾਲ ਦੈਮ ਮਿਊਚੁਅਲ ਇਨੇਬਲਰਸ ਇਨ ਅਸਾਰਟਸ ਔਨ ਡੈਮੋਕ੍ਰੈਟਿਕ ਐਂਡ ਰਿਲੀਜੀਅਸ ਫਰੀਡਮਸ ਇਹ ਨਿਊਯਾਰਕ ਟਾਈਮ ਬੋਲ ਰਿਹਾ ਵਾ ਹੈਨਾ ਸੋ ਪਿੱਛੇ ਉਹਨਾਂ ਦੇ ਵਿੱਚ ਹਿਸਟਰੀ ਵੀ ਦਿੱਤੀ ਆ ਮੋਦੀ ਨੇ ਜੋ ਗੁਜਰਾਤ ਚ ਕੀਤਾ ਸੀਗਾ ਉਹ ਮੈਂ ਟਾਈਮ ਥੋੜਾ ਦੱਸ ਨਹੀਂ ਸਕਦਾ ਦੇ ਗਿਵ ਅ ਡਿਟੇਲਡ ਹਿਸਟਰੀ ਆਫ ਦੈਟ ਐਂਡ ਇਹ ਜਿਹੜੀਆਂ ਈਵੈਂਟਸ ਨੇ ਮੈਨੂੰ ਲੱਗਦਾ ਕਿ ਇੰਨੇ ਚਿਰ ਤੋਂ ਇੰਡੀਆ ਗਵਰਨਮੈਂਟ ਤੇ ਇਹਦੀ ਕੇਅਰ ਹੀ ਨਹੀਂ ਕਰ ਰਹੀ ਲੈਟ ਦ ਮੁਸਲਿਮ ਸਫਰ ਦੇ ਡੋਂਟ ਕੇਅਰ ਈਵਨ ਅਬਾਊਟ ਦੇ ਰਾਈਟਸ ਸੋ ਸਿਚੁਏਸ਼ਨ ਉੱਥੇ ਇਹ ਬਣੀ ਹੋਈ ਆ ਤੇ ਇਹ ਮੋਦੀ ਨੂੰ ਜਦੋਂ ਸੀ ਏ ਦੇ ਬਾਰੇ ਟਰੰਪ ਜੀ ਨੂੰ ਜਦੋਂ ਸੀ ਏ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨੇ ਕਿਹਾ ਵੀ ਆਈ ਡੋਂਟ ਵੈਸ ਅਪ ਮਾਈ ਟੂ ਡੇਜ਼ ਵਿਜ਼ਿਟ ਗਿਵਿੰਗ ਐਨੀ ਸਟੇਟਮੈਂਟ ਔਨ ਦੈਟ ਹੀ ਪ੍ਰੀਟੀ ਮੱਚ ਸੈਡ ਲੈਟ ਇੰਡੀਆ ਹੈਂਡਲ ਇਟ ਕਿ ਇੰਡੀਆ ਦੀ ਪ੍ਰੋਬਲਮ ਹੈ ਉਹਨਾਂ ਨੂੰ ਹੈਂਡਲ ਕਰਨ ਦਿਓ ਇਸ ਚੀਜ਼ ਨੂੰ ਉਹਨੂੰ ਹੈਂਡਲ ਕਰਨ ਦਿਓ ਬਟ ਯੂ ਨੋ ਦ ਅਮੈਰੀਕਨ ਪ੍ਰੈਜ਼ੀਡੈਂਟ ਅਮੈਰੀਕਾ ਇਜ਼ ਕੰਸਿਡਰਡ ਆਲਵੇਜ਼ ਟੇਕਨ ਦੈਟ ਇਟ takes stand on human rights issues all over the world it means yeah american president he no care any more about human rights happening in the world piche saudi arab da jehda oh journalist si ga khashoggi he was killed in turkey and all over even american media ne inna ne sare ne figure out kita si ke onu maran piche oh da hath hai but even Mr. Trump didn't speak any word no about that because statement was done. Yep. Yes, friendship with him. Hardev ji, I'm so sorry. Saade kol sama bilkul nahi reh gaya. Thank you so much. Haan ji. Dasso. I understand you have time, but America doesn't care any more about the human rights violation. That's what America would do nothing and India is doing Modi is doing what everyone wants to do. Thank you for the time. Thank you so much, Hardev ji. Thodi call le te thode vichar le. Closing vich main bas sirf eh cheez kehna chahungi ke United States paave hoye, paave India hoye, jinnu duniya di sab to vaddi democracy is vele manya janda hai. Democracy da meaning hi free speech te lokan nu ability protest karan di ਹੋਣੀ ਚਾਹੀਦੀ ਹੈ ਲੇਕਿਨ ਜਦੋਂ ਤੁਹਾਡੀ ਆਪਣੀ ਗਵਰਨਮੈਂਟ ਇਸ ਫਰੀ ਸਪੀਚ ਨੂੰ ਇਸ ਪ੍ਰੋਟੈਸਟ ਨੂੰ ਪ੍ਰੋਟੈਕਟ ਨਹੀਂ ਕਰਦੀ ਜਦੋਂ ਤੁਹਾਡੀ ਆਪਣੀ ਗਵਰਨਮੈਂਟ ਕੇਅਰ ਨਹੀਂ ਕਰਦੀ ਕਿ ਇੰਟਰਨੈਸ਼ਨਲ ਸਟੇਜ ਵਿੱਚ ਉਸ ਕੰਟਰੀ ਦੀ ਕਿਸ ਤਰ੍ਹਾਂ ਦੀ ਰੈਪੂਟੇਸ਼ਨ ਬਣ ਰਹੀ ਹੈ ਜਦੋਂ ਗਵਰਨਮੈਂਟ ਆਪਣੇ ਹੀ ਸਿਟੀਜ਼ਨਸ ਦੇ ਨਾਲ ਡਾਇਲੋਗ ਨਹੀਂ ਕ੍ਰੀਏਟ ਕਰਦੀ ਤਦ ਸਾਨੂੰ ਇਸ ਤਰ੍ਹਾਂ ਦੇ ਵਾਇਲੈਂਸ ਇਸ ਤਰ੍ਹਾਂ ਦੇ ਹਾਦਸੇ ਦੇਖਣ ਨੂੰ ਮਿਲਦੇ ਹੈ ਐਂਡ ਦੈਟ ਇਜ਼ ਏ ਸੈਡ ਸੈਡ ਡੇ ਫੋਰ ਡੈਮੋਕ੍ਰੇਸੀ
in any country. ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ. ਥੈਂਕ ਯੂ ਸੋ ਮਚ ਫੋਰ ਵਾਚਿੰਗ. ਸਤਿ ਸ਼੍ਰੀ ਅਕਾਲ.